ਹੈਲੋ ਐਂਡ ਸਾਰ ਸ੍ਰੀ ਕਾਲ ਤੁ एवरीवन ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਇਕਨੋਮਿਕਸ ਦੇ ਮੋਸਟ ਇੰਪੋਰਟੈਂਟ ਐਮਸੀਕਿਊਜ਼ ਦੇ ਵਿੱਚ ਦੋਸਤੋ ਇਹ ਐਮਸੀਕਿਊ ਸੈਸ਼ਨ ਜੋ ਇਕਨੋਮਿਕਸ ਨਾਲ ਜੁੜਿਆ ਹੋਇਆ ਹੈ ਹਰ ਐਤਵਾਰ ਜੋ ਹੈ ਸ਼ਾਮੀ 5 ਵਜੇ ਦੋਸਤੋ ਇਹ ਇਸ ਦਾ ਪ੍ਰੀਮੀਅਰ ਹੁੰਦਾ ਹੈ ਅਤੇ ਤੁਸੀਂ ਇਸ ਨੂੰ ਜ਼ਰੂਰ ਵੇਖੋ ਕਿਉਂਕਿ ਪੰਜਾਬ ਦੇ ਹਰੇਕ ਐਗਜ਼ਾਮ ਦੇ ਵਿੱਚ ਤਿੰਨ ਤੋਂ ਚਾਰ ਕੁਐਸਚਨ ਇਕਨੋਮਿਕਸ ਦੇ ਜ਼ਰੂਰ ਆਉਂਦੇ ਨੇ ਤਾਂ ਲੈਟਸ ਸਟਾਰਟ ਦਾ ਸੈਸ਼ਨ ਤਾਂ ਦੋਸਤੋ ਅੱਜ ਦਾ ਜੋ ਪਹਿਲਾ ਪ੍ਰਸ਼ਨ ਹੈ ਉਹ ਇਹ ਹੈ ਕਿ ਤੁਸੀਂ ਦੱਸਣਾ ਹੈ ਕਿ ਭਈ ਭਾਰਤ ਦੇ ਇੰਨਾ ਰਾਸ਼ਟਰਪਤੀਆਂ ਵਿੱਚੋਂ ਕੌਣ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਵੀ ਸੀ ਦੋਸਤੋ ਤੁਸੀਂ ਇਸ ਨੂੰ ਫੈਕਚੁਅਲ ਕੁਐਸਚਨ ਵੀ ਕਹਿ ਸਕਦੇ ਹੋ ਅਤੇ ਨਾਲ ਹੀ ਨਾਲ ਇਕਨੋਮਿਕਸ ਨਾਲ ਵੀ ਥੋੜਾ ਜੁੜਿਆ ਹੋਇਆ ਕੁਐਸਚਨ ਕਹਿ ਸਕਦੇ ਹੋ ਕਿਉਂਕਿ ਜੋ ਸਾਡਾ ਦੋਸਤੋ ਜੋ ਪਲੈਨਿੰਗ ਕਮਿਸ਼ਨ ਹੈ ਜਿਹਨੂੰ ਜੋ ਹੁਣ ਨੀਤੀ ਆਯੋਗ ਦੇ ਵਿੱਚ ਬਦਲ ਚੁੱਕਿਆ ਹੈ ਤਾਂ ਉਸ ਦੇ ਜੋ ਹੈ ਡੈਪਟੀ ਚੇਅਰਮੈਨ ਬਾਰੇ ਗੱਲ ਕੀਤੀ ਹੈ ਤਾਂ ਰਾਮਾ ਸੁਆਮੀ ਵੈਂਕਟਰਮਨ ਦੋਸਤੋ ਇਹ ਭਾਰਤ ਦੇ ਰਾਸ਼ਟਰਪਤੀ ਸਨ 1987 ਦੇ ਵਿੱਚ ਪ੍ਰਣਾਮ ਮੁਖਰਜੀ ਇਹ ਵੀ ਸਾਡੇ 2000 ਦੋਸਤੋ ਜੋ ਹੈ 12 ਦੇ ਵਿੱਚ ਰਾਸ਼ਟਰਪਤੀ ਬਣੇ ਵੀ ਵੀ ਗਿਰੀ ਜੋ 1969 ਦੇ ਵਿੱਚ ਰਾਸ਼ਟਰਪਤੀ ਬਣੇ ਅਤੇ ਕੇ ਆਰ ਨਰਾਇਣਨ ਜੋ ਸਾਹਿਬ ਜੋ 1997 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਪ੍ਰਸ਼ਨ ਹੈ ਕਿ ਕਿਹੜਾ ਜੋ ਰਾਸ਼ਟਰਪਤੀ ਹੈ ਦੋਸਤੋ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਵੀ ਰਹਾ ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਬੀ ਪ੍ਰਣਾਮ ਮੁਖਰਜੀ ਦੋਸਤੋ ਇਸ ਤੋਂ ਇਲਾਵਾ ਪ੍ਰਣਾਮ ਮੁਖਰਜੀ ਜੋ ਹੈ ਭਾਰਤ ਦੇ ਲੰਬੇ ਸਮੇਂ ਤੱਕ ਵਿੱਤ ਮੰਤਰੀ ਫੋਰਨ ਮਨਿਸਟਰ ਵਿਦੇਸ਼ ਮੰਤਰੀ ਵੀ ਜੋ ਹੈ ਲੰਬੇ ਸਮੇਂ ਤੱਕ ਰਹੇ ਚੱਲਦੇ ਹਾਂ ਜੀ ਸਾਡੇ ਅਗਲੇ ਪ੍ਰਸ਼ਨ ਦੇ ਉੱਪਰ ਅਗਲਾ ਪ੍ਰਸ਼ਨ ਕੀ ਕਹਿੰਦਾ ਹੈ ਇਹ ਕਹਿੰਦਾ ਹੈ ਕਿ ਦੱਸੋ ਹੂ ਅਮੰਗ ਦਾ ਫਾਲੋਇੰਗ ਇਮਪੋਜ਼ੇ ਗ੍ਰੇਟ ਬਰਡਨ ਔਨ ਦਾ ਪੂਰ ਦੈਨ ਔਨ ਰਿਚ ਦੋਸਤੋ ਇਹ ਟੈਕਸ ਦੀਆਂ ਚਾਰ ਜੋ ਹੈ ਸਾਡੇ ਕੋਲ ਆਪਸ਼ਨਸ ਨੇ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਜੋ ਟੈਕਸ ਸਟਰਕਚਰ ਹੈ ਉਹ ਗਰੀਬਾਂ ਉੱਪਰ ਜੋ ਹੈ ਵਧੇਰੇ ਬੋਝ ਥੋਪਦਾ ਹੈ ਪ੍ਰੋਗਰੈਸਿਵ ਟੈਕਸ ਰਿਗਰੈਸਿਵ ਟੈਕਸ ਲੰਪਸਮ ਟੈਕਸ ਜਾਂ ਪ੍ਰੋਪੋਰਸ਼ਨਲ ਟੈਕਸ ਇਸ ਦਾ ਤੁਸੀਂ ਸਹੀ ਉੱਤਰ ਦੇਣਾ ਹੈ ਅਤੇ ਦੋਸਤੋ ਇਸ ਦਾ ਜੋ ਸਹੀ ਉੱਤਰ ਹੈ ਉਹ ਬੀ ਹੈ ਰਿਗਰੈਸਿਵ ਟੈਕਸ ਇਹਨੂੰ ਬੋਲਦੇ ਨੇ ਦੋਸਤੋ ਰਿਗਰੈਸਿਵ ਸਿਵ ਟੈਕਸ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਜਿਵੇਂ ਜਿਵੇਂ ਕਿਸੇ ਵਿਅਕਤੀ ਦੀ ਇਨਕਮ ਵੱਧਦੀ ਹੈ ਜੇ ਉਹ ਜ਼ਿਆਦਾ ਪੈਸੇ ਕਮਾਏਗਾ ਤਾਂ ਉਹ ਦੋਸਤੋ ਕਟ ਜੋ ਹੈ ਟੈਕਸ ਪੇ ਕਰੇਗਾ ਅਤੇ ਜੋ ਘਟ ਪੈਸੇ ਕਮਾਏਗਾ ਤਾਂ ਜ਼ਿਆਦਾ ਉਸ ਨੂੰ ਜੋ ਹੈ ਟੈਕਸ ਪੇ ਕਰਨਾ ਪਏਗਾ ਇਸ ਨੂੰ ਸੀ ਰਿਗਰੈਸਿਵ ਟੈਕਸ ਬੋਲਦੇ ਹਾਂ ਸਾਡੇ ਦੇਸ਼ ਦੇ ਵਿੱਚ ਆ ਦੁਨੀਆ ਦੇ ਲਗਭਗ ਹਰ ਇੱਕ ਦੇਸ਼ ਦੇ ਵਿੱਚ ਪ੍ਰੋਗਰੈਸਿਵ ਟੈਕਸ ਜੋ ਹੈ ਇੰਪਲੀਮੈਂਟ ਕੀਤਾ ਜਾਂਦਾ ਜਿੱਥੇ ਜਿੰਨੇ ਜ਼ਿਆਦਾ ਪੈਸੇ ਕਮਾਓਗੇ ਉਨਾਂ ਜ਼ਿਆਦਾ ਟੈਕਸ ਪੇ ਕਰਨਾ ਪਏਗਾ ਲੇਕਿਨ ਕੁਝ ਸੈਕਟਰਸ ਨੂੰ ਬੂਸਟ ਅਪ ਕਰਨ ਦੇ ਪਰਪਸ ਤੋਂ ਜਿਹਨੂੰ ਅਸੀਂ पीएलआई योजना ਵੀ ਬੋਲਦੇ ਹਾਂ ਪ੍ਰੋਡਕਸ਼ਨ ਲਿੰਕ ਇਨਸੈਂਟਿਵ ਉੱਥੇ ਜ਼ਰੂਰ ਰੀਗਰੈਸਿਵ ਟੈਕਸ ਵਾਲਾ ਆਈਡੀਆ ਜੋ ਹੈ ਉਹ ਕੰਮ ਕਰਦਾ ਹੈ ਤਾਂ ਕਿ ਲੋਕਾਂ ਦੀ ਪ੍ਰੋਡਕਸ਼ਨ ਖਾਸ ਤੌਰ ਤੇ ਸਮਾਲ ਮੀਡੀਅਮ ਇੰਡਸਟਰੀ ਦੇ ਵਿੱਚ ਪ੍ਰੋਡਕਸ਼ਨ ਵਧੇ ਅਤੇ ਜਿਆਦਾ ਵਧੇਗੀ ਤਾਂ ਟੈਕਸ ਉਹਨਾਂ ਨੂੰ ਘੱਟ ਜੋ ਹੈ ਉਹ ਪੇ ਕਰਨਾ ਪਏਗਾ ਜੀ ਫਿਰ ਚੱਲਦੇ ਹਾਂ ਜੀ ਸਾਡੇ ਤੀਜੇ ਪ੍ਰਸ਼ਨ ਦੇ ਉੱਪਰ ਤੀਜਾ ਪ੍ਰਸ਼ਨ ਕੀ ਕਹਿ ਰਿਹਾ ਹੈ ਇਹ ਕਹਿੰਦਾ ਹੈ कि हू अमंग द फॉलोइंग फ्रेस जनरली डिनोट्स नैशनल इनकम दोस्तों इन जो है साड़ी जो राष्ट्रीय आमदन है उसनों सही तरीके कौन दर्शा है ग्रोस नैशनल प्रोडक्ट एट मार्केट प्राइज नैशनल नैट नैशनल प्रोडक्ट एट मार्केट प्राइज ग्रोस नैशनल प्रोडक्ट एट फैक्टर कोस्ट या नैट नैशनल प्रोडक्ट एट फैक्टर कोसट दोस्तों इस प्रश्न का उत्तर समझने ल ਤੁਹਾਨੂੰ ਨੈਸ਼ਨਲ ਇਨਕਮ ਦਾ ਸਾਰਾ ਕਨਸੈਪਟ ਜਿਹਦੇ ਵਿੱਚੋਂ ਇਹ ਘੱਟੋ-ਘੱਟ ਚਾਰ ਜੋ ਦੋਸਤੋ ਟਰਮਸ ਤੁਹਾਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਨੇ ਜਿਹਦੇ ਵਿੱਚੋਂ ਜੀਡੀਪੀ ਕੀ ਹੁੰਦੀ ਹੈ ਜੀ ਜਿਹਦੇ ਵਿੱਚੋਂ ਐਨਡੀਪੀ ਕੀ ਹੁੰਦੀ ਹੈ ਜੀ ਜਿਹਦੇ ਵਿੱਚੋਂ ਜੀਐਨਪੀ ਕੀ ਹੁੰਦੀ ਹੈ ਜੀ ਅਤੇ ਐਨਐਨਪੀ ਜੋ ਹੈ ਉਹ ਕੀ ਹੁੰਦੀ ਹੈ ਦੋਸਤੋ ਜਿਵੇਂ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਵਿਸਤਾਰਪੂਰਵਕ ਦੱਸਣਾ ਚਾਹਾਂਗਾ ਜਦੋਂ ਜੀਡੀਪੀ ਦੀ ਅਸੀਂ ਗੱਲ ਕਰੀਏ ਇੱਕ ਦੇਸ਼ ਦੀਆਂ ਬਾਉਂਡਰੀਜ਼ ਦੇ ਅੰਦਰ ਦੋਸਤੋ ਜੋ ਗੁੱਡਸ ਅਤੇ ਸਰਵਿਸਿਜ਼ ਦੀ ਮਾਰਕੀਟ ਵੈਲਿਊ ਹੈ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਸ ਨੂੰ ਅਸੀਂ ਜੀਡੀਪੀ ਕਹਿੰਦੇ ਆ ਅਤੇ ਜੇ ਉਸ ਦੇ ਵਿੱਚੋਂ ਜੋ ਸਮਾਨ ਹੈ ਵਸਤੂਆਂ ਨੇ ਉਸ ਦੇ ਵਿੱਚੋਂ ਅਸੀਂ ਉਹਨਾਂ ਦਾ ਜੋ ਪ੍ਰਾਈਸ ਦੋਸਤੋ ਸਮੇਂ ਦੇ ਨਾਲ ਘਟਦਾ ਰਹਿੰਦਾ ਤਾਂ ਉਸ ਘਟੇ ਹੋਏ ਪ੍ਰਾਈਸ ਨੂੰ ਜੋ ਹੈ ਅਸੀਂ ਸਬਟ੍ਰੈਕਟ ਕਰ ਦਈਏ ਤਾਂ ਉਹ ਐਨਡੀਪੀ ਬਣ ਜਾਂਦਾ ਦੋਸਤੋ ਜੀਐਨਪੀ ਨੂੰ ਕਹਿੰਦੇ ਨੇ ਜਦੋਂ ਜੀਡੀਪੀ ਦੇ ਵਿੱਚ ਅਸੀਂ ਦੇਸ਼ ਤੋਂ ਬਾਹਰ ਤੋ ਆਉਣ ਵਾਲਾ ਪੈਸਾ ਜਾਂ ਦੇਸ਼ ਦੇ ਅੰਦਰ ਤੋਂ ਬਾਹਰ ਜਾਣ ਵਾਲਾ ਪੈਸਾ ਉਸ ਨੂੰ ਵੀ ਕੈਲਕੂਲੇਟ ਕਰ ਲਈਏ ਤਾਂ ਉਹ ਜੀਐਨਪੀ ਹੈ ਅਤੇ ਦੋਸਤੋ ਜਦੋਂ ਅਸੀਂ ਜੀਡੀਪੀ ਦੇ ਵਿੱਚ ਬਾਹਰੋਂ ਆਉਣ ਵਾਲਾ ਪੈਸਾ ਜਾਂ ਅੰਦਰੋਂ ਤੋਂ ਬਾਹਰ ਜਾਣ ਵਾਲਾ ਪੈਸਾ ਵੀ ਕੈਲਕੂਲੇਟ ਕਰ ਲਈਏ ਅਤੇ ਵਸਤੂਆਂ ਦੇ ਵਿੱਚ ਜੋ ਘਾਟ ਆ ਰਹੀ ਹੈ ਡੈਪ੍ਰੀਸੀਏਸ਼ਨ ਆ ਰਿਹਾ ਹੈ ਪ੍ਰਾਈਸ ਨੂੰ ਲੈ ਕੇ ਉਸ ਨੂੰ ਵੀ ਕੈਲਕੂਲੇਟ ਕਰ ਲਈਏ ਤਾਂ ਉਸ ਨੂੰ ਅਸੀਂ ਐਨਐਨਪੀ ਜੋ ਹੈ ਅਸੀਂ ਉਸ ਨੂੰ ਬੋਲ ਦਿੰਨੇ ਹਾਂ ਇਸ ਤੋਂ ਇਲਾਵਾ ਭਈ ਇੱਥੇ ਜੋ ਹੈ ਇਹ ਦੋ ਹੋਰ ਸ਼ਬਦ ਲਿਖੇ ਨੇ ਫੈਕਟਰ ਕੋਸਟ ਅਤੇ ਇੱਕ ਦੋਸਤੋ ਜੋ ਹੈ ਮਾਰਕੀਟ ਪ੍ਰਾਈਸ ਦੋਸਤੋ ਇਹਦਾ ਮਤਲਬ ਹੈ ਕਿ ਜਦੋਂ ਕੋਈ ਵੀ ਪ੍ਰੋਡਕਟ ਫੈਕਟਰੀ ਦੇ ਵਿੱਚ ਹੈ ਅਤੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲੱਗਿਆ ਹੈ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਉੱਥੇ ਜੋ ਹੈ ਨਹੀਂ ਮਿਲੀ ਹੈ ਤਾਂ ਉਸ ਪ੍ਰੋਡਕਟ ਦੇ ਪ੍ਰਾਈਸ ਨੂੰ ਅਸੀਂ ਫੈਕਟਰ ਕੋਸਟ ਬੋਲ ਦਿੰਦੇ ਆ ਅਤੇ ਜਦੋਂ ਇਹ ਦੋਨੋਂ ਹੀ ਚੀਜ਼ਾਂ ਮਾਰਕੀਟ ਦੇ ਵਿੱਚ ਇੰਪਲੀਮੈਂਟ ਹੋ ਜਾਂਦੀਆਂ ਨੇ ਇੰਪਲੀਮੈਂਟ ਹੋਣ ਦਾ ਮਤਲਬ ਉਸ ਦੇ ਉੱਪਰ ਟੈਕਸਸ ਵੀ ਲੱਗ ਗਏ ਨੇ ਵਧੇਰੇ ਕੋਈ GST ਹੈ ਦੋਸਤੋ ਕਿਸੇ ਵੀ ਤਰ੍ਹਾਂ ਦੇ ਜੋ ਵੀ ਟੈਕਸਸ ਨੇ ਉਹ ਵੀ ਲੱਗ ਚੁੱਕੇ ਨੇ ਅਤੇ ਇਸ ਤੋਂ ਇਲਾਵਾ ਜੋ ਹੈ ਉਹ ਸਬਸਿਡੀ ਜੇ ਗਵਰਨਮੈਂਟ ਉਸ ਦੇ ਉੱਪਰ ਜੇ ਦੇ ਰਹੀ ਹੈ ਜਿਵੇਂ ਕਈ ਸਾਰੀਆਂ ਵਸਤੂਆਂ ਦੇ ਉੱਪਰ ਜਿਵੇਂ ਗੈਸ ਸਿਲੰਡਰ ਦੇ ਉੱਪਰ ਗਵਰਨਮੈਂਟ ਸਬਸਿਡੀ ਦਿੰਦੀ ਹੈ ਦੋਸਤੋ ਤਾਂ ਉਹ ਸਬਸਿਡੀ ਨੂੰ ਸਬਟ੍ਰੈਕਟ ਕਰ ਦਾਂਗੇ ਅਤੇ ਫਿਰ ਉਸ ਦੀ ਅਸੀਂ ਮਾਰਕੀਟ ਪ੍ਰਾਈਸ ਕੱਢ ਸਕਦੇ ਹਾਂ ਤਾਂ ਇਸ ਪ੍ਰਸ਼ਨ ਦਾ ਜੋ ਸਹੀ ਉੱਤਰ ਹੈ ਉਹ ਡੀ ਹੈ ਦੋਸਤੋ ਨੈਟ ਨੈਸ਼ਨਲ ਪ੍ਰੋਡਕਟ ਜੋ ਇਹ ਚੌਥਾ ਹੈ ਜਿਦੇ ਵਿੱਚ ਅਸੀਂ ਡੈਪ੍ਰੀਸ਼ੀਏਟ ਵੀ ਕਰ ਦਨੇ ਆ ਵਸਤੂਆਂ ਦੇ ਪ੍ਰਾਈਸ ਦੇ ਵਿੱਚ ਅਤੇ ਨਾਲ ਹੀ ਨਾਲ ਅਸੀਂ ਬਾਹਰੋਂ ਆਈਆਂ ਅਤੇ ਅੰਦਰ ਤੋਂ ਬਾਹਰ ਗਏ ਪੈਸੇ ਨੂੰ ਵੀ ਕੈਲਕੂਲੇਟ ਕਰ ਲੈਨੇ ਆ ਅਤੇ ਦੋਸਤੋ ਫੈਕਟਰ ਕੋਸਟ ਦੇ ਜੋ ਉੱਪਰ ਜਦੋਂ ਅਸੀਂ ਇਹਨੂੰ ਕੈਲਕੂਲੇਟ ਕਰਦੇ ਹਾਂ ਤਾਂ ਉੱਥੇ ਜੋ ਹੈ ਅਸੀਂ ਵੇ ਤਾਂ ਉਹ ਸਹੀ ਤਰੀਕੇ ਨਾਲ ਜੋ ਹੈ ਕੈਲਕੂਲੇਟ ਜੋ ਹੈ ਅਸੀਂ ਨੈਸ਼ਨਲ ਇਨਕਮ ਕਰ ਸਕਦੇ ਆ ਇਸ ਦੇ ਨਾਲ ਹੀ ਨਾਲ ਇੱਥੇ ਦਾ ਸਿੱਧਾ ਸਿੱਧਾ ਨੈਸ਼ਨਲ ਇਨਕਮ ਲਿਖਤਾ ਦੋਸਤੋ ਇਸ ਨੂੰ ਜੇ ਅਸੀਂ ਪ੍ਰਤੀ ਵਿਅਕਤੀ ਆਇਆ ਕੱਢਣੀ ਹੋਵੇ ਪਰ ਜੋ ਹੈ ਪਰ ਕੈਪੀਟਾ ਇਨਕਮ ਕੱਢਣੀ ਹੋਵੇ ਤਾਂ ਅਸੀਂ ਕਹਾਂਗੇ ਇਹ ਜੋ ਐਨ ਐਨ ਪੀ ਹੈ ਜੀ एनएनपी नेट नेशनल प्रोडक्ट ਇਸ ਨੂੰ ਅਸੀਂ ਡਿਵਾਈਡ ਕਰ ਦਵਾਂਗੇ ਜੀ ਕਿਸ ਨਾਲ ਡਿਵਾਈਡ ਕਰ ਦਾਂਗੇ ਇਸ ਨੂੰ ਅਸੀਂ ਡਿਵਾਈਡ ਕਰ ਦਾਂਗੇ ਦੋਸਤੋ ਸਾਡੇ ਦੇਸ਼ ਦੀ ਪਾਪੂਲੇਸ਼ਨ ਨਾਲ ਜਾਂ ਜਿਸ ਵੀ ਦੇਸ਼ ਦਾ ਜੋ ਹੈ ਅਸੀਂ ਪਰ ਕੈਪਟਨ ਕਮ ਕੱਢਣਾ ਹੈ ਉਸ ਤਰੀਕੇ ਨਾਲ ਅਸੀਂ ਇਸ ਨੂੰ ਜੋ ਹੈ ਉਹ ਡਿਵਾਈਡ ਜੋ ਹੈ ਉਹ ਕਰ ਦਵਾਂਗੇ ਜੀ ਫਿਰ ਦੋਸਤੋ ਸਾਡਾ ਜੋ ਹੈ ਅਗਲਾ ਪ੍ਰਸ਼ਨ ਹੈ ਇਹ ਦੱਸਣਾ ਹੈ ਕਿ ਜੇ ਕਿਸੇ ਵੀ ਵਸਤੂ ਦੇ ਵਿਕਲਪਾਂ ਦੀ ਗਿਣਤੀ ਵਧੇ ਰਹੀ ਹੈ ਮੰਨ ਲਵੋ ਦੋਸਤੋ ਤੁਸੀਂ ਕੁਝ ਪੀਣੇ ਭਈ ਤੁਸੀਂ ਜੋ ਹੈ ਚਾਹ ਪੀਣੀ ਹੈ 커피 ਪੀਣੀ ਹੈ ਤੁਸੀਂ ਕੋਲਡ ਡਰਿੰਕ ਪੀਣੇ ਮੰਨ ਲਓ ਕੋਈ ਵੀ ਇੱਕ ਪ੍ਰੋਡਕਟ ਹੈ ਉਸ ਦੇ ਬੜੇ ਸਾਰੇ ਸਬਸਟੀਟਿਊਟਸ ਨੇ ਠੀਕ ਹੈ ਜੇ ਤੁਸੀਂ ਗੱਡੀ ਲੈਣੀ ਹੈ ਤੁਹਾਡੇ ਕੋਲ 10 ਬ੍ਰੈਂਡ ਨੇ ਤਾਂ ਦੋਸਤੋ ਜੋ ਹੈ ਤਾਂ ਇਸ ਵਸਤੂ ਦੀ ਮੰਗ ਕੀ ਹੋਏਗੀ ਵਧੇਰੇ ਲਚਕੀਲਾ ਹੋਵੇਗਾ ਮਤਲਬ ਇੱਥੇ ਮੋਰ ਇਲਾਸਟਿਕ ਮੋਰ ਲੈਸ ਇਲਾਸਟਿਕ ਇਨ ਇਲਾਸਟਿਕ ਹੈ ਪਰਫੈਕਟਲੀ ਇਲਾਸਟਿਕ ਤਾਂ ਦੋਸਤੋ ਇੱਥੇ ਜੇ ਅਸੀਂ ਗੱਲ ਕਰੀਏ ਸਹੀ ਉੱਤਰ ਹੈ ਇਹ ਮੋਰ ਇਲਾਸਟਿਕ ਤਾਂ ਦੋਸਤੋ ਦਾ ਡਿਮਾਂਡ ਜੋ ਹੈ ਉਸ ਦੀ ਜੋ ਹੈ ਜ਼ਿਆਦਾ ਇਲਾਸਟਿਕ ਹੋ ਜਾਏਗੀ ਮਤਲਬ ਉਸ ਨੂੰ जो है दोस्तों जो भी खरीदेगा उसको बहुत सारिया जो है ऑप्शन जो है वह बन जाएँ तो है इलास्टिसिटी जो है दोस्तों वह आंसर इज मोर इलास्टिक इज द करैक्ट आंसर इलास्टिसिटी दोस्तों की होंगे है दोस्तों ये जो है ए मेयर ऑफ ए वेरीएबल सेंसटिविटी जो असी वेखते हैं ਕਿ ਇੱਕ ਪ੍ਰੋਡਕਟ ਦੇ ਵਿੱਚ ਮਤਲਬ ਅਸੀਂ ਡਿਮਾਂਡ ਸਪਲਾਈ ਪ੍ਰਾਈਸ ਦੋਸਤੋ ਜਦੋਂ ਕੋਈ ਵੀ ਇੱਕ ਫੈਕਟਰ ਦੇ ਵਿੱਚ ਕੋਈ ਬਦਲਾਅ ਹੁੰਦਾ ਉਸ ਬਦਲਾਅ ਕਰਕੇ ਦੋਸਤੋ ਬਾਕੀ ਵੇਰੀਏਬਲਸ ਦੇ ਉੱਪਰ ਕੀ ਫਰਕ ਪੈਂਦਾ ਤਾਂ ਅਸੀਂ ਦੇਖਦੇ ਹਾਂ ਕਿ ਉਹ ਦੋਸਤੋ ਜ਼ਿਆਦਾ ਫਰਕ ਪਾਏਗਾ ਤਾਂ ਮੋਰ ਇਲਾਸਟਿਕ ਹੋਏਗਾ ਘੱਟ ਫਰਕ ਪਾਏਗਾ ਤਾਂ ਲੈਸ ਇਲਾਸਟਿਕ ਜਿਵੇਂ ਅਸੀਂ ਪ੍ਰਸ਼ਨ ਦੇ ਵਿੱਚ ਦੇਖਿਆ ਸੀ ਕਿ ਆਬਵੀਅਸਲੀ ਗੱਲ ਜੇ ਸਬਸਟੀਟਿਊਟ ਜ਼ਿਆਦਾ ਨੇ ਤਾਂ ਦੋਸਤੋ ਜੋ ਹੈ ਉਸ ਦੇ ਡਿਮਾਂਡ ਦੇ ਉੱਪਰ ਜੋ ਹੈ ਕਾਫੀ ਜ਼ਿਆਦਾ ਸਾਨੂੰ ਫਰਕ ਦੇਖਣ ਨੂੰ ਮਿਲੇਗਾ ਕਿਉਂਕਿ ਅਲੱਗ-ਅਲੱਗ ਲੋਕਾਂ ਦੀ ਅਗਲਗ ਪਸੰਦ ਹੋ ਸਕਦੀ ਹੈ ਜਿਵੇਂ ਮੈਂ ਚਾਹ ਕੌਫੀ ਦੀ ਗੱਲ ਕੀਤੀ ਸੀ ਕੋਈ ਜੇ অপਸ਼ਨਸ ਬਹੁਤ ਜ਼ਿਆਦਾ ਨਹੀਂ ਤਾਂ ਕੋਈ ਚਾਹ ਮੰਗੇਗਾ ਕੋਈ ਕੌਫੀ ਮੰਗੇਗਾ ਕੋਈ ਗ੍ਰੀਨ ਟੀ ਮੰਗੇਗਾ ਕੋਈ ਬਲੈਕ ਟੀ ਮੰਗੇਗਾ ਕੋਈ ਦੋਸਤੋ ਜੋ ਅੱਜਕੱਲ ਬਲੂ ਟੀ ਵੀ ਚੱਲ ਪਈ ਹੈ ਕੋਈ ਜੋ ਹੈ ਪਤਾ ਨਹੀਂ ਕਿਹੜੀਆਂ ਕਿਹੜੀਆਂ ਟੀਜ਼ ਚੱਲ ਪਈਆਂ ਨੇ ਤਾਂ ਦੋਸਤੋ ਜਿਵੇਂ ਜਿਵੇਂ ਇਹ ਜੋ ਨੰਬਰ ਆਫ অপਸ਼ਨਸ ਪਤਾਣਗੀਆਂ ਤਾਂ ਜੋ ਹੈ ਉਸ ਦੇ ਉੱਪਰ ਅਸੀਂ ਵੇਖਦੇ ਹਾਂ ਕਿ ਫਰਕ ਜੋ ਪੈਣ ਦਾ ਜੋ ਅਸਰ ਹੈ ਬਹੁਤ ਜ਼ਿਆਦਾ ਜੋ ਹੈ ਉਹ ਹੋਵੇਗਾ ਜੀ ਫਿਰ ਚੱਲਦੇ ਆਂ ਜੀ ਸਾਡੇ ਅਗਲੇ ਪ੍ਰਸ਼ਨ ਦੇ ਉੱਪਰ ਜੀ ਅਗਲਾ ਪ੍ਰਸ਼ਨ ਸਾਨੂੰ ਕੀ ਕਹਿ ਰਿਹਾ ਹੈ ਅਗਲਾ ਪ੍ਰਸ਼ਨ ਹੈ ਜੀ ਕਿ ਦੋਸਤੋ ਮੈਕਰੋ ਇਕਨੋਮਿਕਸ ਦੇ ਸੰਦਰਭ ਦੇ ਵਿੱਚ ਹੈ ਮੈਕਰੋ ਦਾ ਮਤਲਬ ਹੁੰਦਾ ਜਦੋਂ ਦੋਸਤੋ ਅਸੀਂ ਵੱਡਾ ਵੀਊ ਕਰਕੇ ਦੇਖਦੇ ਆਂ ਵੱਡੇ ਵੀਊ ਦਾ ਮਤਲਬ ਹੈ ਅਸੀਂ ਦੇਸ਼ ਬਾਰੇ ਦੋਸਤੋ ਸੋਚ ਰਹੇ ਆਂ ਅਸੀਂ ਵਰਲਡ ਵਾਈਡ ਸੋਚ ਰਹੇ ਆਂ ਮਤਲਬ ਮਾਈਕਰੋ ਇਕਨੋਮਿਕਸ ਜਦੋਂ ਦੋਸਤੋ ਅਸੀਂ ਕਿਸੇ ਛੋਟੀ ਕੰਪਨੀ ਫੈਕਟਰੀ ਬਾਰੇ ਗੱਲ ਕਰਦੇ ਆਂ ਅਸੀਂ ਰਿਟੇਲ ਬਾਰੇ ਗੱਲ ਕਰਦੇ ਆਂ ਤੇ ਜਦੋਂ ਅਸੀਂ ਹੋਲ ਸੇਲ ਬਾਰੇ ਇੱਕ ਵੱਡੇ ਕੰਟੈਕਸਟ ਬਾਰੇ ਗੱਲ ਕਰ ਸਕਦੇ ਉਹਨੂੰ ਮੈਕਰੋ ਇਕਨੋਮਿਕਸ ਕਹਿੰਦੇ ਨੇ ਜੋ ਫਿਲਪ ਕਰਵ ਹੈ ਦੋਸਤੋ ਉਹ ਰਿਲੇਸ਼ਨਸ਼ਿਪ ਦੱਸਦੀ ਹੈ ਕਿੰਨਾ ਦੇ ਵਿੱਚ ਅਨਇੰਪਲੋਇਮੈਂਟ ਅਤੇ ਐਕਸਪੋਰਟ ਇੰਪੋਰਟ ਟ੍ਰੇਡ ਦੇ ਵਿੱਚ ਬੇਰੋਜ਼ਗਾਰੀ ਅਤੇ ਐਗਜ਼ਿਮ ਵਪਾਰ ਬੇਰੋਜ਼ਗਾਰੀ ਅਤੇ ਮਹਿੰਗਾਈ ਦੇ ਵਿੱਚ ਅਨਇੰਪਲੋਇਮੈਂਟ ਅਤੇ ਡਿਮਾਂਡ ਕਰਵ ਅਤੇ ਅਨਇੰਪਲੋਇਮੈਂਟ ਅਤੇ ਪਾਵਰਟੀ ਦੋਸਤੋ ਇਹ ਤੁਸੀਂ ਐਜ਼ ਇਟ ਇਜ਼ ਯਾਦ ਰੱਖ ਲੈਣਾ ਇਹਦਾ ਆਨਸਰ ਜੋ ਹੈ ਉਹ ਹੈ ਅਨਇੰਪਲੋਇਮੈਂਟ ਅਤੇ ਮਹਿੰਗਾਈ ਦੇ ਵਿੱਚ ਇਹ ਫਿਲਪ ਜੋ ਕਰਵ ਹੈ ਦੋਸਤੋ ਉਹ ਮੈਕਰੋ ਇਕਨੋਮਿਕਸ ਦੇ ਕੰਟੈਕਸ ਦੇ ਵਿੱਚ ਹੈ ਰਿਲੇਸ਼ਨ ਦੱਸਦੀ ਹੈ ਇੱਥੇ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਜੋ ਅਨਇੰਪਲੋਇਮੈਂਟ ਹੈ ਦੋਸਤੋ ਹੁੰਦੀ ਹੈ ਕਿ ਜਦੋਂ ਕੋਈ ਵੀ ਵਿਅਕਤੀ देखो ਤੁਸੀਂ ਛੋਟੀ ਛੋਟੀ ਡੈਫੀਨੇਸ਼ਨ ਦੇ ਵਿੱਚ ਕਨਫਿਊਜ਼ ਹੋ ਸਕਦੇ ਹੋ ਇਹਦਾ ਸਿੱਧਾ ਜਿਹਾ ਡੈਫੀਨੇਸ਼ਨ ਹੈ ਕਿ ਜਦੋਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਲੇਕਿਨ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਉਸ ਨੂੰ ਅਨਇਮਪਲॉयਮੈਂਟ ਬੇਰੋਜ਼ਗਾਰੀ ਬੋਲਦੇ ਨੇ ਵੈਨ ਯੂ ਆਰ ਵਿਲਿੰਗ ਟੂ ਡੂ ਵਰਕ ਬਟ ਯੂ نو ਦੋ ਯੂ ਡੋ ਯੂ ਯੂ ਆਰ ਨੋਟ ਫਾਈਂਡਿੰਗ ਦਾ ਵਰਕ ਉਸ ਨੂੰ ਸੀ ਜੋ ਹੈ ਬੋਲਦੇ ਨੇ ਬੇਰੋਜ਼ਗਾਰੀ ਜਾਂ ਫਿਰ ਓਪਨ ਅਨਇਮਪਲॉयਮੈਂਟ ਵੀ ਇਸ ਲਈ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਦੂਜਾ ਇਨਫਲੇਸ਼ਨ ਦੀ ਗੱਲ ਕਰੀਏ ਜਦੋਂ ਦੋਸਤੋ ਜੋ ਗੁੱਡਸ ਦੇ ਪ੍ਰਾਈਸਸ ਜੋ ਹੈ ਜੋ ਵੀ ਸਰਵਿਸਸ ਦੇ ਜੋ ਪ੍ਰਾਈਸਸ ਨੇ ਵਧਦੇ ਨੇ ਜੋ ਉਹਨਾਂ ਦੇ ਪ੍ਰਾਈਸ ਜ਼ਿਆਦਾ ਹੋ ਜਾਂਦੇ ਨੇ ਉਸ ਨੂੰ ਅਸੀਂ ਇਨਫਲੇਸ਼ਨ ਜੋ ਹੈ ਮਹਿੰਗਾਈ ਜੋ ਹੈ ਸੀ ਬੋਲਦੇ ਹਾਂ ਫਿਰ ਜੋ ਹੈ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਪਰ ਅਗਲਾ ਪ੍ਰਸ਼ਨ ਕੀ ਕਹਿੰਦਾ ਹੈ ਇਹ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਭੂਮੀ ਸਰੋਤਾਂ ਦੇ ਅਧੀਨ ਨਹੀਂ ਆਉਂਦਾ ਵਿੱਚ ਮੰਗਦਾ ਫਾਲੋਇੰਗ ਡਸ ਨੋਟ ਕਮ ਅੰਡਰ ਦਾ ਲੈਂਡ ਰਿਸੋਰਸਸ ਦੋਸਤੋ ਭੂਮੀ ਸ਼ੋਤ ਦੋਸਤੋ ਕਿਸੇ ਵੀ ਜ਼ਮੀਨ ਦੀ ਜੋ ਹੈ ਉਪਜਾਊ ਸ਼ਕਤੀ ਜ਼ਮੀਨ ਦੀ ਜੋ ਹੈ ਲੋਕੇਸ਼ਨ ਜ਼ਮੀਨ ਦੀ ਬਣਤਰ ਜਾਂ ਫਿਰ ਸਾਰੇ ਹੀ ਦੋਸਤੋ ਆਰਧਾ ਲੈਂਡ ਰਿਸੋਰਸਸ ਨੇ ਤਾਂ ਜੋ ਫਰਟੀਲਿਟੀ ਲੋਕੇਸ਼ਨ ਉਤੇ ਕੰਪੋਜੀਸ਼ਨ ਕੀ ਜੋ ਹੈ ਉਸ ਦੇ ਜੋ ਹੈ ਦੋਸਤੋ ਸ਼ਰੋਤਾਵਾਂ ਦੇ ਵਿੱਚ ਨਹੀਂ ਹੁੰਦਾ ਤੁਸੀਂ ਇਹਦਾ ਉੱਤਰ ਦੇਣਾ ਹੈ बई इस दर की गल करिए दोस्तों इसका जो सही उत्तर है दोस्तों ऑल ऑफ द अबव आर द लैंड रिसोर्स कोई भी हो सारे ही जो है किसी भी जमीन दे जो है दोस्तों जो उस लैंड रिसोर्स है वह बोल सकते हाँ फिर चलते जी नैक्स क्वेश्चन के उपर अगला प्रश्न की कहें सान कह रहा है एक इजारेदार दोस्तों ए मोनोपोलिस्ट विल बी एबल टू मैक्सीमाइज हिज प्रोफिट वैन ਦੋਸਤੋ ਮੋਨੋਪੋਲਿਸ ਜੋ ਵੀ ਮੋਨੋਪਲੀ ਹੈ ਜੋ ਕੋਈ ਇਸ ਤਰ੍ਹਾਂ ਦਾ ਬਿਜ਼ਨਸਮੈਨ ਹੋਵੇ ਉਸ ਤੋਂ ਜਿਸ ਦਾ ਪੂਰਾ ਕਬਜ਼ਾ ਹੋਵੇ ਕੰਟਰੋਲ ਹੋਵੇ ਤਾਂ ਉਹ ਕਦੋਂ ਆਪਣੇ ਪ੍ਰੋਫਿਟ ਮੈਕਸਿਮਮ ਕਰਦਾ ਹੈ ਜਦੋਂ ਉਸ ਦੀ ਆਉਟਪੁੱਟ ਮੈਕਸਿਮਮ ਹੈ ਜਦੋਂ ਦੋਸਤੋ ਹਾਇਰ ਪ੍ਰਾਈਸ ਦੇ ਉੱਪਰ ਕੋਈ ਚੀਜ਼ ਵੇਚਦਾ ਹੈ ਉਹ ਵਧੇਰੇ ਕੀਮਤ ਲੈਂਦਾ ਹੈ ਉਸ ਦੀ ਔਸਤ ਲਾਗਤ ਘੱਟੋ-ਘੱਟ ਹੈ ਜਾਂ ਫਿਰ ਉਸ ਦੀ ਸੀਮਾਂਤ ਲਾਗਤ ਸੀਮਾਂਤ ਮਾਲੀਆ ਦੇ ਬਰਾਬਰ ਹੈ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੇ ਜਦੋਂ ਬਰਾਬਰ ਹੋਵੇ ਤਾਂ ਅਸੀਂ ਚਾਰ ਆਪਸ਼ਨਸ ਨੇ ਕਿ ਕੋਈ ਵੀ ਮੋਨੋਪੋਲਿਸਟ ਜੋ ਬਿਜ਼ਨਸਮੈਨ ਹੈ ਮੈਕਸਿਮਮ ਦੋਸਤੋ ਆਪਣਾ ਜੋ ਪ੍ਰੋਫਿਟ ਹੈ ਜਦੋਂ ਡੀ ਆਪਸ਼ਨ ਹੈ ਮਾਰਜਨਲ ਕੋਸ ਅਤੇ ਮਾਰਜਨਲ ਰੈਵਨਿਊ ਜਦੋਂ ਦੋਨੇ ਉਸ ਦੇ ਇਕੁਅਲ ਹੋਣ ਤਾਂ ਉਸ ਵਕਤ ਜੋ ਹੈ ਉਹ ਮੈਕਸਿਮਮ ਜੋ ਹੈ ਉਹ ਦੋਸਤੋ ਕਮਾਉਂਦਾ ਹੈ ਆਪਣਾ ਜੋ ਜੋ ਪ੍ਰੋਫਿਟਸ ਨੇ ਆਪਣੇ ਬੈਨੀਫਿਟਸ ਨੇ ਦੋਸਤੋ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਸਾਡਾ ਆਲਰੇਡੀ ਜੋ ਬੈਚ ਹੈ ਦੋਸਤੋ ਸਾਡਾ ਜੋ ਪੰਜਾਬ ਦੇ ਸਰਕਾਰੀ ਐਗਜ਼ਾਮਸ ਦੇ ਲਈ ਬੈਚ ਬੈਚ ਚੱਲ ਰਿਹਾ ਹੈ ਅਤੇ ਬੈਚ ਸਿਰਫ ਤੁਹਾਨੂੰ ਪੰਜਾਬ ਐਗਜ਼ਾਮ ਦੇ ਵਿੱਚ ਹੀ ਨਹੀਂ ਤੁਹਾਨੂੰ ਇਸ ਤੋਂ ਇਲਾਵਾ SSC ਅਤੇ ਹੋਰ ਬਹੁਤ ਸਾਰੇ ਐਗਜ਼ਾਮ ਜਿਨ੍ਹਾਂ ਦੇ ਵਿੱਚ ਇਹ ਸਾਰੇ ਸਬਜੈਕਟ ਜਨਰਲ ਸਟੱਡੀਜ਼ ਕੁਆਇੰਟ ਫਰੀਜ਼ਨਿੰਗ ਇੰਗਲਿਸ਼ ਕੰਪਿਊਟਰਸ ਉਹਨੇ ਸਾਰਿਆਂ ਦੇ ਵਿੱਚ ਮਦਦਗਾਰ ਸਾਬਿਤ ਹੋਏਗਾ ਅਤੇ ਇਕਨੋਮਿਕਸ ਦੇ ਬਹੁਤ ਸਾਰੇ ਕਨਸੈਪਟ ਜੋ ਹੈ ਆ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉੱਥੇ ਬਹੁਤ ਸੌਖੇ ਢੰਗ ਨਾਲ ਤੁਹਾਨੂੰ ਦੱਸੇ ਜਾਣ ਤਾਂ ਕਿ ਤੁਹਾਨੂੰ ਇਹ ਬੜਾ ਟੈਕਨੀਕਲ ਜਿਹਾ ਸਬਜੈਕਟ ਜੋ ਹੈ ਤਾਂ ਦੋਸਤੋ ਚੁਟਕੀ ਮਾਰ ਦੇ ਜੋ ਹੈ ਸਮਝ ਆ ਦੇ ਤਾਂ ਬੈਚ ਨਾਲ ਜ਼ਰੂਰ ਜੁੜੋ ਦੋਸਤੋ ਬੜੀ ਹੀ ਅਫੋਰਡੇਬਲ ਕੋਰਸ ਦੇ ਵਿੱਚ ਅਸੀਂ ਜੋ ਹੈ ਦੋਸਤੋ ਸਿਰਫ 4000 ਦੇ ਵਿੱਚ ਉਹ ਪ੍ਰੋਵਾਈਡ ਕਰਦੇ ਆਂ ਅਤੇ ਜੋ ਹੈ ਤੁਸੀਂ ਜ਼ਰੂਰ ਜੁੜੋ ਜੇ ਤੁਸੀਂ ਪਹਿਲਾਂ ਤਿਆਰੀ ਨਹੀਂ ਕੀਤੀ ਜੇ ਇੱਕ ਵਾਰ ਕੀਤੀ ਹੈ ਤਾਂ ਉਸ ਜੇ ਤੁਹਾਨੂੰ ਲੱਗਦਾ ਹੈ ਕਿ 5-7 ਨੰਬਰ ਤੋਂ ਤੁਸੀਂ ਰਹਿ ਜਾਂਦੇ ਹੋ ਫੇਰ ਵੀ ਡੈਫੀਨੇਟਲੀ ਤੁਸੀਂ ਉਸ ਨਾਲ ਜੁੜ ਸਕਦੇ ਹੋ ਅਤੇ ਜੇ ਥੋੜੀ ਤਿਆਰੀ ਕਾਫੀ ਬਿਹਤਰ ਹੈ ਤਾਂ ਤੁਹਾਡਾ ਇੱਕ ਟੈਸਟ ਲੈ ਜਾਏਗਾ ਤੁਹਾਨੂੰ ਸਕਾਲਰਸ਼ਿਪ ਵੀ ਜੋ ਹੈ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਜੀ ਫਿਰ ਚੱਲਦੇ ਹਾਂ ਜੀ ਸਾਡੇ ਨੈਕਸਟ ਜੋ ਹੈ ਕੁਐਸਚਨ ਦੇ ਉੱਪਰ ਨੈਕਸਟ ਕੁਐਸਚਨ ਹੈ ਇਹ ਕਹਿੰਦਾ ਕਿ ਇਕਨੋਮਿਕ ਗ੍ਰੋਥ ਦੋਸਤੋ ਜੋ ਹੈ ਜੋ ਆਰਥਿਕ ਵਿਕਾਸ ਹੈ ਆਮ ਤੌਰ ਤੇ ਕਿਸ ਨਾਲ ਜੁੜਿਆ ਹੁੰਦਾ ਹੈ ਨਾਰਮਲੀ ਕਪਲਡ ਵਿਦ ਦੋਸਤੋ ਜੋ ਇਕਨੋਮਿਕ ਗ੍ਰੋਥ ਹੈ ਇਨਫਲੇਸ਼ਨ ਨਾਲ ਹਾਈਪਰ ਇਨਫਲੇਸ਼ਨ ਡਿਫਲੇਸ਼ਨ ਜਾਂ ਸਟੈਗਫਲੇਸ਼ਨ ਇਨਫਲੇਸ਼ਨ ਦਾ ਮੈਂ ਤੁਹਾਨੂੰ ਆਲਰੇਡੀ ਦੱਸ ਹੀ ਦਿੱਤਾ ਮਹਿੰਗਾਈ ਜੋ ਹੈ ਦੋਸਤੋ ਜਦੋਂ ਚੀਜ਼ਾਂ ਦੇ ਪ੍ਰਾਈਸ ਵਧ ਜਾਣ हाइपर इन्फ्लेशन ਜਦੋਂ ਮਹਿੰਗਾਈ ਬਹੁਤ ਜ਼ਿਆਦਾ ਹੋ ਜਾਵੇ ਦੋਸਤੋ ਡੀਫਲੇਸ਼ਨ ਜਦੋਂ ਮਹਿੰਗਾਈ ਘਟ ਜਾਵੇ ਅਤੇ ਸਟੈਗਫਲੇਸ਼ਨ ਜਦੋਂ ਮਹਿੰਗਾਈ ਵਧਣ ਦੇ ਨਾਲ-ਨਾਲ ਮਤਲਬ ਹਾਈਪਰ ਇਨਫਲੇਸ਼ਨ ਹੋਣ ਦੇ ਨਾਲ-ਨਾਲ ਬੇਰੋਜ਼ਗਾਰੀ ਵੀ ਛਾ ਜਾਵੇ ਉਸ ਨੂੰ ਅਸੀਂ ਸਟੈਗਫਲੇਸ਼ਨ ਜੋ ਹੈ ਉਹ ਅਸੀਂ ਬੋਲਦੇ ਹਾਂ ਅਤੇ ਭਾਈ ਇਸ ਦਾ ਉੱਤਰ ਜੋ ਹੈ ਤੁਸੀਂ ਦੇਣਾ ਹੈ ਦੋਸਤੋ ਵਿਕਾਸ ਉਦੋਂ ਹੀ ਹੁੰਦਾ ਹੈ ਜਦੋਂ ਪੈਸਾ ਆਉਂਦਾ ਹੈ ਮਾਰਕੀਟ ਦੇ ਵਿੱਚ ਲੇਕਿਨ ਦੋਸਤੋ ਪੈਸਾ ਸਿਰਫ ਜੋ ਹੈ ਡਵੈਲਪਮੈਂਟ ਨਹੀਂ ਲੈ ਕੇ ਆਉਂਦਾ ਮਹਿੰਗਾਈ ਵੀ ਲੈ ਕੇ ਆਉਂਦਾ ਹੈ ਤਾਂ ਦੋਸਤੋ ਇਸ ਦਾ ਉੱਤਰ ਇਹ ਹੈ ਲੇਕਿਨ ਮਹਿੰਗਾਈ 100 ਵੀ ਨਾ ਹੋ ਜਾਵੇ ਕਿ ਉਹ ਜੋ ਹੈ ਦੋਸਤੋ ਲੋਕਾਂ ਲਈ ਅਨਫੋਰਡੇਬਲ ਹੋ ਜਾਏ ਤਾਂ ਜੇ ਉਹ ਹਾਈਪਰ ਇਨਫਲੇਸ਼ਨ ਦੀ ਤਰਫ ਮੁੜਦੀ ਹੈ ਜੋ ਜੋ ਹੈ ਦੋਸਤੋ ਜੇ ਉਹ ਡੀਫਲੇਸ਼ਨ ਦੀ ਤਰਫ ਮੁੜਦੀ ਹੈ ਮਤਲਬ ਘਟ ਜਾਵੇ ਜਾਂ ਉਹ ਜੋ ਹੈ ਦੋਸਤੋ ਸਟੈਗ ਇਨਫਲੇਸ਼ਨ ਵੱਲ ਮੁੜਦੀ ਹੈ ਤਾਂ ਇਹ ਜੋ ਹੈ ਖਤਰਨਾਕ ਵੀ ਹੋ ਸਕਦਾ ਹੈ ਨਾਲ ਹੀ ਨਾਲ ਮੈਂ ਸਾਰੇ ਬੱਚਿਆਂ ਨੂੰ ਇਹ ਵੀ ਕਹਿਣਾ ਚਾਹਾਂਗਾ ਜੋ ਲਗਾਤਾਰ ਸਾਡੇ ਨਾਲ ਜੁੜਦੇ ਨੇ ਤਾਂ ਤੁਸੀਂ ਵੀ ਜੇ ਇਹ ਪੂਰੀਆ ਪੀਡੀਐਫ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰam ਚੈਨਲ ਨਾਲ ਵੀ ਜ਼ਰੂਰ ਜੁੜੋ ਜਿਸ ਦਾ ਨਾਮ ਹੈ ਸਕਸੈਸ ਟਰੀ ਪੰਜਾਬ ਦੋਸਤੋ ਉਸ ਦੇ ਉੱਪਰ ਜੋ ਹੈ ਇਹ ਸਾਰੀਆਂ ਜੋ ਹੈ ਬਹੁਤ ਇੰਤ ਨਾਲ ਬਣਾਈਆਂ ਹੋਈਆਂ ਪੀਡੀਐਫਸ ਜੋ ਹੈ ਦੇ ਆਰ ਐਬਸੋਲੂਟਲੀ ਫ੍ਰੀ ਅਤੇ ਤੁਸੀਂ ਉਹਨਾਂ ਤੋਂ ਜੋ ਹੈ ਇਹਨਾਂ ਨੋਟਸ ਨੂੰ ਜੋ ਹੈ ਦੀ ਤਰ੍ਹਾਂ ਦੋਸਤੋ ਲੈ ਸਕਦੇ ਹੋ ਇਹਨਾਂ ਦੀਆਂ ਕਾਪੀਆਂ ਵੀ ਕਢਾ ਸਕਦੇ ਹੋ ਤੁਸੀਂ ਫਿਰ ਚੱਲਦੇ ਹਾਂ ਜੀ ਸਾਡੇ ਅਗਲੇ ਪ੍ਰਸ਼ਨ ਦੇ ਉੱਪਰ ਅਗਲਾ ਪ੍ਰਸ਼ਨ ਕੀ ਕਹਿੰਦਾ ਹੈ ਇਹ ਕਹਿੰਦਾ ਕਿ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਮਤਲਬ ਫਿਲਦਾ ਬਲੈਂਕ ਹੈ ਦੋਸਤੋ ਜਿਨ੍ਹਾਂ ਕੋਲ ਕਰਨ ਲਈ ਕੋਈ ਕੰਮ ਨਹੀਂ ਭਾਵੇਂ ਉਹ ਕੰਮ ਕਰਨ ਦੇ ਯੋਗ ਅਤੇ ਇੱਛੁਖ ਹਨ ਦੋਸਤੋ ਇਹ ਚਾਰ ਆਪਸ਼ਨਸ ਨੇ ਤੁਸੀਂ ਦੱਸਣਾ ਹੈ ਕਿ ਉਹਨਾਂ ਲੋਕਾਂ ਨੂੰ ਕਿਹੜੀ ਬੇਰੋਜ਼ਗਾਰੀ ਕਹਾਂਗੇ ਜਦੋਂ ਲੋਕ ਕੰਮ ਕਰਨਾ ਚਾਹੁੰਦੇ ਨੇ ਦੇ ਆਰ ਵਿਲਿੰਗ ਟੂ ਟਰਕ ਬਟ ਜੋ ਹੈ ਉਹਨਾਂ ਨੂੰ ਕੰਮ ਜੋ ਹੈ ਦੋਸਤੋ ਨਹੀਂ ਮਿਲਦਾ ਹੈ ਦੇ ਡੋਨਟ ਦੇ ਡਿਡਨਟ ਫਾਈਂਡ ਦਾ ਵਰਕ इसमें अं खुले बेरोज़गारी ओपन अनइम्पलॉयमेंट साइकलीकल अनइम्पलॉयमेंट दोस्तों इस तो अलावा एजुकेटेड अनइंप्लायमेंट या फिर कंपलसरी अनइ्लॉयमेंट की जो है उसकी कह सकते हाँ जी तो थोनों मैं थोड़े समय पहल ही इसका उत्तर ऑलरेडी दे चुके हैं बेरोज़गारी कहिए है या खुली बेरोज़गारी कहिए दोस्तों दोनों का मतलब लगभग लगभग सेम है तो इसका उत्तर जो है दोस्तों ए ऑप्शन है ओपन अनइम्पलॉयमेंट जो है असी इस बोलते हाँ ਫੇ ਸਾਡਾ ਅਗਲਾ ਪ੍ਰਸ਼ਨ ਵੇਖੋ ਜੀ ਅਗਲਾ ਪ੍ਰਸ਼ਨ ਕੀ ਕਹਿੰਦਾ ਅਗਲਾ ਪ੍ਰਸ਼ਨ ਹੈ ਦੋਸਤੋ ਪਰ ਕੈਪੀਟੈਂਕ ਕਪ ਆਫ ਅ ਕੰਟਰੀ ਕਿਸੇ ਵੀ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਦੋਸਤੋ ਇਜ਼ ਓਬਟੇਨਡ ਬਾਈ ਡਿਵਾਈਡਿੰਗ ਨੈਸ਼ਨਲ ਇਨਕਮ ਬਾਈ ਵਿਚ ਆਫ ਦਾ ਫੋਲੋਇੰਗ ਭਈ ਆਮਦਨ ਨੂੰ ਇਨਾਂ ਵਿੱਚੋਂ ਕਿਸ ਨਾਲ ਵੰਡ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਦੋਸਤੋ ਮਹਲਾ ਪਰ ਕੈਪੀਟੈਂਕਮ ਤਾਂ ਅਸੀਂ ਪਹਿਲਾਂ ਹੀ ਪੜ ਚੁੱਕੇ ਹਾਂ NNP ਨੈਟ ਨੈਸ਼ਨਲ ਪ੍ਰੋਡਕਟ ਨੂੰ ਅਸੀਂ ਉਹ ਬੋਲਦੇ ਹਾਂ ਹੁਣ ਡਿਵਾਈਡ ਕਿਹਨੂੰ ਕਰਾਂਗੇ ਟੋਟਲ ਵਰਕਿੰਗ ਪਾਪੂਲੇਸ਼ਨ ਮਤਲਬ ਜੋ ਸਿਰਫ ਕੰਮ ਕਰਦੀ ਹੈ ਪਾਪੂਲੇਸ਼ਨ ਟੋਟਲ ਪਾਪੂਲੇਸ਼ਨ ਆਫ ਦਾ ਕੰਟਰੀ ਨੂੰ ਫਿਰ ਦੋਸਤੋ ਏਰੀਆ ਆਫ ਦਾ ਕੰਟਰੀ ਨੂੰ ਜਾਂ ਵੋਲਿਊਮ ਆਫ ਦਾ ਕੈਪੀਟਲ ਯੂਜ਼ ਨੂੰ ਕੀ ਹੈ ਉਸ ਦਾ ਸਹੀ ਉੱਤਰ ਮੈਨੂੰ ਲੱਗਦਾ ਹੈ ਜੇ ਤੁਸੀਂ ਧਿਆਨ ਨਾਲ ਹਜੇ ਤੱਕ ਦੇ 15 20 ਮਿੰਟ ਸੁਣੇ ਨੇ ਤਾਂ ਈਜ਼ਲੀ ਤੁਸੀਂ ਇਹਦਾ ਉੱਤਰ ਵੀ ਦੇ ਸਕਦੇ ਹੋ ਅਤੇ ਇਸ ਦਾ ਜੋ ਸਹੀ ਉੱਤਰ ਹੈ ਦੋਸਤੋ ਉਹ ਜੋ ਹੈ ਕੀ ਹੋ ਸਕਦਾ ਹੈ ਬਈ ਟੋਟਲ ਜੋ ਪਾਪੂਲੇਸ਼ਨ ਆਫ ਦਾ ਕੰਟਰੀ ਤਾਂ ਮੈਨੂੰ ਲੱਗਦਾ ਇੱਥੇ ਇਹ ਗਲਤ ਹੈ B ਇਸ ਦਾ ਕਰੈਕਟ ਆਨਸਰ ਹੈ ਟੋਟਲ ਪਪੂਲੇਸ਼ਨ ਆਫ ਦਾ ਕੰਟਰੀ ਦਾ ਪਰ ਕੈਪੀਟਾ ਇਨਕਮ ਜਾਂ ਤੁਸੀਂ ਦੋਸਤੋ ਵੈਸੇ ਅ ਇਥੇ ਇਹ ਵੀ ਕਹਿ ਸਕਦੇ ਹਾਂ ਕਿ ਇਹੀ ਇਸ ਦਾ ਐਗਜ਼ੈਕਟ ਆਨਸਰ ਆਏਗਾ ਕਿਉਂ ਹੁਣ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦੇਖੋ ਮੈਂ ਤੁਹਾਨੂੰ ਜੋ ਹੈ B ਕਿਉਂ ਆਨਸਰ ਦਿੱਤਾ ਕਿਉਂਕਿ ਅਸੀਂ ਉੱਥੇ ਗੱਲ ਕੀਤੀ ਸੀ ਟੋਟਲ ਪਪੂਲੇਸ਼ਨ ਆਫ ਦਾ ਕੰਟਰੀ ਲੇਕਿਨ ਦੋਸਤੋ ਜਿਹੜੇ ਲੋਕ ਕੰਮ ਕਰਦੇ ਹੀ ਨਹੀਂ ਜਿਹੜੇ ਪੈਸੇ ਹੀ ਨਹੀਂ ਕਮਾਉਂਦੇ ਤਾਂ ਦੋਸਤੋ ਉਹਨਾਂ ਦਾ ਇਨਕਮ ਤਾਂ ਕਿੰਨਾ ਹੋਏਗਾ ਜ਼ੀਰੋ ਹੀ ਹੋਏਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜ਼ਿਆਦਾ ਵਧੀਆ ਆਨਸਰ ਹੈ ਟੋਟਲ ਵਰਕਿੰਗ ਪੋਪੂਲੇਸ਼ਨ ਤਾਂ ਹਾਲਾਂਕਿ ਦੋਨਾਂ ਵਿੱਚ ਕਨਫਿਊਜ਼ਡ ਹੋਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਸਾਡੇ ਇਕਨੋਮਿਕਸ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਆਉਂਦੇ ਨੇ ਜਿੱਥੇ ਸਾਨੂੰ ਇੱਕੋ ਜਿਹੇ অপਸ਼ਨ ਲੱਗਦੇ ਨੇ ਦੋ ਜਾਂ ਤਿੰਨ ਦੋਸਤੋ ਲੇਕਿਨ ਜੋ ਹੈ ਐਗਜ਼ੈਕਟ ਆਨਸਰ ਇਥੇ ਵਰਕਿੰਗ ਪੋਪੂਲੇਸ਼ਨ ਆਏਗਾ ਕਿਉਂਕਿ ਜੋ ਨੋਨ ਵਰਕਿੰਗ ਨੇ ਉਹਨਾਂ ਦੀ ਕੋਈ ਇਨਕਮ ਹੀ ਨਹੀਂ ਹੈ ਤਾਂ ਦੋਸਤੋ ਪਰ ਪਰ ਕੈਪੀਟੈਂਕਮ ਉਹਨਾਂ ਦੀ ਅਸੀਂ ਕੈਲਕੂਲੇਟ ਹੀ ਕੀ ਕਰ ਸਕਦੇ ਹਾਂ ਮੈਂ ਇਸ ਤਰ੍ਹਾਂ ਦੇਖਿਆ ਕਈ ਵਾਰ ਜਿਵੇਂ ਮਹਿੰਗਾਈ ਕੀ ਹੁੰਦੀ ਹੈ ਜਿਵੇਂ ਦੋਸਤੋ ਪੁੱਛ ਲਿਆ ਜਾਂਦਾ ਹੈ ਡਿਮਾਂਡ ਅਤੇ ਸਪਲਾਈ ਦਾ ਡਿਫਰੈਂਸ ਹੋਵੇ ਡਿਮਾਂਡ ਵੱਧ ਜਾਵੇ ਇੱਕ ਆਪਸ਼ਨ ਹੋਏਗਾ ਸਪਲਾਈ ਘੱਟ ਜਾਵੇ ਅਤੇ ਕਾਏਗਾ ਰਾਈਜ਼ ਇਨ ਪ੍ਰਾਈਸ ਆਫ ਦਾ ਗੁੱਡਸ ਤਾਂ ਕਈ ਵਾਰ ਬੱਚੇ ਕਨਫਿਊਜ਼ਡ ਹੋ ਜਾਂਦੇ ਨੇ ਕਿ ਇੱਕੋ ਜਿਹੇ ਆਪਸ਼ਨਸ ਲੱਗਦੇ ਨੇ ਠੀਕ ਹੈ ਤਾਂ ਜਿਵੇਂ ਮੈਂ ਦੱਸਿਆ ਇਨਫਲੇਸ਼ਨ ਕੀ ਬੇਰੁਜ਼ਗਾਰੀ ਕੀ ਜਾਂ ਫਿਰ ਪਰ ਕੈਪਟਾ ਇਨਕਮ ਕੀ ਤਾਂ ਛੋਟੇ ਛੋਟੇ ਚੀਜ਼ਾਂ ਦੇ ਵਿੱਚ ਜੋ ਹੈ ਉਹਨੂੰ ਬੈਟਰ ਕਰਦੇ ਪਰਪਸ ਤੋਂ ਹੀ ਅਸੀਂ ਇਹ ਬੈਚ ਤੁਹਾਡੇ ਲਈ ਫਰੀ ਆਫ ਕੋਸ ਚਲਾਇਆ ਹੈ YouTube ਦੇ ਉੱਪਰ ਜ਼ਰੂਰ ਵੇਖਿਆ ਕਰੋ ਅਤੇ ਤੁਹਾਨੂੰ ਲੱਗਦਾ ਹੈ ਕਿ ਜੇ ਕਿਸੇ ਹੋਰ ਨੂੰ ਵੀ ਇਹਨਾਂ ਜੋ ਹੈ ਬੈਚਸ ਦਾ ਇਹਨਾਂ ਜੋ ਹੈ ਸੈਸ਼ਨਸ ਦਾ YouTube ਦੇ ਉੱਪਰ ਫ੍ਰੀ ਸੈਸ਼ਨਸ ਦਾ ਬੈਨੀਫਿਟ ਹੋ ਸਕਦਾ ਹੈ ਤਾਂ ਉਹਨਾਂ ਨਾਲ ਵੀ ਇਸ ਨੂੰ ਜੋ ਹੈ ਜ਼ਰੂਰ ਤੁਸੀਂ ਸਾਂਝਾ ਕਰਿਆ ਕਰੋ ਜੀ ਤਾਂ ਚਲਦੇ ਹਾਂ ਜੀ ਸਾਡੇ ਅਗਲੇ ਪ੍ਰਸ਼ਨ ਦੇ ਉੱਪਰ ਅਗਲਾ ਪ੍ਰਸ਼ਨ ਕਾਫੀ ਵੱਡਾ ਲੱਗ ਰਿਹਾ ਹੈ ਦੇਖਣ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਸ ਨੂੰ ਮੌਕੇ ਦੀ ਲਾਗਤ ਵਜੋਂ ਸਭ ਤੋਂ ਵਧੀਆ ਵਰਣਨ ਕੀਤਾ ਗਿਆ ਹੈ which of the following is the best described as the opportunity cost dosto options dekhon to pehla appa e bhi vekh lanneya ki opportunity cost kende kinu ne kis nu kidi bala nu keha janda hai dosto opportunity cost da matlab ki hai dosto opportunity cost da matlab hunda hai ki je tusi is time mera jo session dekh rahe ho is di kimat hai is di ki kimat ho sakdi hai ਤੁਸੀਂ ਮੋਬਾਈਲ ਤੇ ਰੀਲਾਮੀ ਵੇਖ ਸਕਦੇ ਸੀ ਤੁਸੀਂ ਦੋਸਤੋ ਜੋ ਹੈ ਕਿਸੇ ਮੂਵੀ ਨੂੰ ਵੀ ਵੇਖ ਸਕਦੇ ਸੀ ਮੋਬਾਈਲ ਦੇ ਉੱਪਰ ਤੁਸੀਂ ਜੋ ਹੈ ਬਾਜ਼ਾਰ ਦੇ ਵਿੱਚ ਜਿਹੜੀ ਵੀ ਲਾ ਸਕਦੇ ਸੀ ਤੇ ਹੋ ਸਕਦਾ ਤੁਸੀਂ ਰਾਤ ਨੂੰ ਵੇਖ ਰਹੇ ਹੋਵੋ ਇਸ ਟਾਈਮ ਜੋ ਹੈ ਤੁਸੀਂ ਰੋਟੀ ਵੀ ਖਾ ਸਕਦੇ ਸੀ ਤੁਸੀਂ ਜੋ ਹੈ ਇਸ ਟਾਈਮ ਆਪਣਾ ਸੈਰ ਵੀ ਕਰ ਸਕਦੇ ਸੀ ਲੇਕਿਨ ਇਹ ਜੋ ਸਮਾਂ ਜੋ ਤੁਸੀਂ ਇਸ ਵੀਡੀਓ ਨੂੰ ਦੇ ਰਹੇ ਹੋ ਤਾਂ ਦੋਸਤੋ ਜੋ ਵੀ ਤੁਸੀਂ ਇਸ ਟਾਈਮ ਕਰ ਰਹੇ ਹੁੰਦੇ ਹੋਰ ਕੰਮ ਉਹ ਜੋ ਹੈ ਇਸ ਵੀਡੀਓ ਦਾ ਇਸ ਟਾਈਮ ਪੀਰੀਅਡ ਦਾ ਅਪੋਰਚੂਨਿਟੀ ਕੋਸਟ ਹੈ ਦੋਸਤੋ ਜਿਵੇਂ ਮੈਂ ਜਦੋਂ ਇਹ ਵੀਡੀਓ ਬਣਾ ਰਿਹਾ ਰਿਕਾਰਡ ਕਰ ਰਿਹਾ ਤਾਂ ਇਸ ਵਕਤ ਜੋ ਹੈ ਹੋ ਸਕਦਾ ਸਕਿ ਮੈਂ ਘਰ ਚਲਾ ਜਾਂਦਾ ਕਿਸੇ ਦੋਸਤ ਨਾਲ ਮੈਂ ਗੱਲ ਕਰ ਰਿਹਾ ਹੁੰਦਾ ਫਰੈਂਡ ਨਾਲ ਉਸ ਦੇ ਬਾਰੇ ਤਾਂ ਮੇਰਾ ਜੋ ਹੈ ਓਪਰਚੁਨਿਟੀ ਕੋਸਟ ਹੈ ਕਿ ਕਿਸੇ ਫਰੈਂਡ ਨਾਲ ਗੱਲ ਕਰਨਾ ਤਾਂ ਦੋਸਤੋ ਜੇ ਤੁਸੀਂ ਕਿਸੇ ਵੀ ਚੀਜ਼ ਦੀ ਜੋ ਕੀਮਤ ਹੈ ਉਸ ਨੂੰ ਅਸਲ ਦੇ ਵਿੱਚ ਹੀ ਕਹਿ ਦਿੱਤਾ ਜਾਂਦਾ ਤਾਂ ਡਿਫਰੈਂਸ ਬੀਟਵੀਨ ਰਿਟਰਨ ਔਨ ਚੂਜ਼ਨ ਆਪਸ਼ਨ ਐਂਡ ਦਾ ਰਿਟਰਨ ਔਨ ਬੈਸਟ ਫੋਰਗਨ ਆਪਸ਼ਨ ਚੁਣੇਗੇ ਵਿਕਲਪ ਅਤੇ ਵਾਪਸੀ ਅਤੇ ਸਭ ਤੋਂ ਵਧੀਆ ਵਿਕਲਪ ਅਤੇ ਵਿਪਾਪਸੀ ਦੇ ਵਿਚਕਾਰ ਅੰਤਰ ਦੂਜਾ ਡਿਫਰੈਂਸ ਬੀਟਵੀਨ ਟੂ ਚੂਜ਼ਨ ਆਪਸ਼ਨਸ ਤੀਜਾ ਡਿਫਰੈਂਸ ਬੀਟਵੀਨ ਦਾ ਰਿਟਰਨ ਥਿਸ ਇਅਰ ਐਂਡ ਪ੍ਰੀਵੀਅਸ ਇਅਰ ਯਾ ਨਨ ਆਫ ਦਾ ਇਅਰ ਤਾਂ ਭਾਈ ਦੇਖਣ ਦੇ ਵਿੱਚ ਲੱਗ ਰਿਹਾ ਕਿ ਪਹਿਲਾ ਤੇ ਦੂਜਾ ਹੋ ਸਕਦੇ ਨੇ ਤਾਂ ਦੋਸਤੋ ਇਹਦਾ ਜੋ ਸਹੀ ਉੱਤਰ ਤੁਸੀਂ ਦੇਖੀਓ ਉਹ ਪਹਿਲਾ ਹੈ ਇਹਦੇ ਵਿੱਚ ਚੀਜ਼ਾਂ ਥੋੜੀਆਂ ਕਾਫੀ ਕਰੈਕਟ ਕਰਤੀਆਂ ਦੋਸਤੋ ਜੋ ਹੈ ਸਹੀ ਐਕਸਪਲੇਨੇਸ਼ਨ ਦੇ ਦਿੱਤੀ ਕਿ ਭਈ ਜਦੋਂ ਅਸੀਂ ਜੋ অপਸ਼ਨ ਚੁਣਿਆ ਹੈ ਅਤੇ ਜੋ অপਸ਼ਨ ਅਸੀਂ ਛੱਡਿਆ ਹੈ ਬੈਸਟ ਫੋਰਗਨ অপਸ਼ਨ ਤਾਂ ਜੋ ਸਾਡਾ ਫੋਰਗਨ ਹੈ ਜੋ ਅਸੀਂ ਛੱਡ ਦਿੱਤਾ ਜੋ ਸਾਡਾ ਵਿਕਲਪ ਸੀ ਉਹੀ ਸਾਡਾ ਜੋ ਹੈ ਉਸਦੀ ਜੋ ਹੈ ਦੋਸਤੋ ਜੋ ਸਾਡੀ ਅਪੋਰਚਨਿਟੀ ਕੋਸਟ ਹੈ ਜਿਹਨੂੰ ਅਸੀਂ ਜੋ ਹੈ ਪੰਜਾਬੀ ਦੇ ਵਿੱਚ ਮੌਕੇ ਦੀ ਲਾਗਤ ਵੀ ਜੋ ਹੈ ਅਸੀਂ ਉਸਨੂੰ ਬੋਲ ਦਿੰਨੇ ਹਾਂ फिर चलते हैं जी सा अगले प्रश्न के उपर अगला प्रश्न है वट इज़ मार्केट इक्ु मार्केट संतुलन जो है किनू बोलते हैं दोस्तों क्वानिटी डिमांडड ग्रेटर दैन कटिटी सप्लाइड जो दोस्तों किसी भी प्रोडक्ट की कंटिटटी की जो डिमांड है वो ज़्यादा हो जाए सप्लाई नो जो क्वानिटी डिमांड लैस दैन कटिटी सप्लाइड जदों कटिटटी डिमांडड इक्वल टू कटिटी सप्लाइड या फिर क्वानिटी डिमांड इज सेम एज क्वानिटी प्रोड्यूसड तो मार्केट इकोलिब्रियम जो है वो वह इस्तेमाल किया जाता है ए टॉम ये जो टर्मीनोलॉजी है ये जो शब्द है तो दोस्तों इस प्रश्न का जो सही उत्तर है वो सही है जो कमांड जो डिमांड जो जिनी क्वांटिटी की डिमांड है दोस्तों जिनी क्वांटिटी की सप्लाई है जिमेंवो ਇੱਥੇ 10 ਲੋਕ ਬੈਠੇ ਨੇ ਅਤੇ ਦੋਸਤੋ ਬਾਹਰੋਂ ਬਣ ਕੇ ਆਈਆਂ 10 ਚਾਹ ਦੇ ਕੱਪ ਆਏ ਤਾਂ ਭਾਈ 10 ਹੀ ਲੋਕ ਬੈਠੇ ਨੇ ਅਤੇ 10 ਹੀ ਚਾਹ ਦੇ ਕੱਪ ਆਏ ਜਿੰਨੀ ਡਿਮਾਂਡ ਸੀ ਉੰਨੀ ਹੀ ਸਪਲਾਈ ਹੈ ਹੁਣ ਉਹ ਅੱਡ ਗੱਲ ਹੈ ਕਿ ਭਾਈ ਕੋਈ ਕਹੇ ਕਿ ਮੈਂ ਦੋ ਕੱਪ ਪੀਣੇ ਸੀ ਭਾਈ ਮੇਰੇ ਕੋਲ ਤਾਂ ਸਮੋਸੇ ਹੀ ਚਾਰ ਨੇ ਮੈਂ ਤਾਂ ਤਿੰਨ ਕੱਪ ਪੀਵਾਂਗਾ ਤਾਂ ਉਹ ਲੱਗ ਗੱਲ ਹੈ ਲੇਕਿਨ ਫਿਲਹਾਲ ਜਿੰਨੀ ਜ਼ਰੂਰਤ ਹੈ ਉੰਨੀ ਸਪਲਾਈ ਹੋ ਗਈ ਉਸ ਨੂੰ ਅਸੀਂ ਮਾਰਕੀਟ ਇਕੁਇਲਿਬਰੀਅਮ ਜਾਂ ਮਾਰਕੀਟ ਦਾ ਸੰਤੁਲਨ ਜੋ ਹੈ ਉਸ ਨੂੰ ਅਸੀਂ ਜੋ ਹੈ ਉਹ ਬੋਲਦੇ ਹਾਂ ਜੀ फिर चलते हैं जी अगले प्रश्न के उपर अगला प्रश्न है एकनमी के पब्लिक सैक्टर जो है किनू कहा जाता है वट डज पबलिक सैक्टर इन जो है एक मीनज ਦੋਸਤੋ ਪਬਲਿਕ ਸੈਕਟਰ ਤੁਸੀਂ ਦੇਖਦੇ ਹੋਵੋਗੇ ਕਿ ਕਈ ਸਾਰੇ ਥਾਵਾਂ ਤੇ ਇਸ ਦਾ ਤੁਸੀਂ ਇਸਤੇਮਾਲ ਦੇਖਿਆ ਹੋਵੇਗਾ ਬੈਂਕਾਂ ਦੇ ਲਈ ਇਸਤੇਮਾਲ ਦੇਖਿਆ ਹੋਵੇਗਾ ਪਬਲਿਕ ਸੈਕਟਰ ਬੈਂਕ ਨੇ ਜੀ ਸਾਡੇ ਜਾਂ ਫਿਰ ਤੁਸੀਂ ਇਹਦਾ ਇਸਤੇਮਾਲ ਦੇਖਿਆ ਹੋਵੇਗਾ ਕਿ ਸਾਡੀਆਂ ਪਬਲਿਕ ਸੈਕਟਰ ਕੰਪਨੀਆਂ ਨੇ ਹਿੰਦੁਸਤਾਨ 에ਰੋਨੈਟਿਕ ਲਿਮਟਿਡ ਕੋਲ ਇੰਡੀਆ ਲਿਮਟਿਡ ਭਾਰਤ ਹੈਵੀ ਇੰਡਸਟਰੀ ਲਿਮਟਿਡ ਦੋਸਤੋ ਜੋ ਹੈ ਇਸ ਤਰ੍ਹਾਂ ਦੀ ਕਈ ਸਾਰੀਆਂ ਕੰਪਨੀਆਂਜ਼ ਬਾਰੇ ਵੀ ਤੁਸੀਂ ਸੁਣਦੇ ਹੋਵੋਗੇ ਠੀਕ ਹੈ ਤਾਂ ਇਹ ਹੈ ਕਿ ਜੋ ਕਮਿਊਨਿਟੀ ਦੁਆਰਾ ਆਨਡ ਕੀਤੀ ਹੋਣ ਦੋਸਤੋ ਜੋ ਭਾਈਚਾਰੇ ਥੈਟ ਇਜ਼ ਆਨਡ ਬਾਈ ਪਬਲਿਕ दैट इज़ ओन बाय गौमेंट या फिर ए एंड बी तो दोस्तों जो सही उत्तर जो है वो है सी इज़ द करैक्ट आंसर इतने लिखा नहीं है दोस्तों लेकिन सरकार द्वारा ऑनड है सरकार द्वारा उन्होंने ऊपर कंट्रोल है उन्होंने मैनेजमेंट के उोल है लेकिन एग्जैक्ट पूरा तरह नहीं दोस्तों आम तौर पर तो अं तो पबलिक सैक्टर बोलते हैं जिन्हों कंपनियों के जिन्हें बैंकों में घट्टो तो घट कवंजा प्रसेंट कवंजा या कवंजा प्रसेंट तो ज़्यादा सरकार का हिस्सा हो ਅਤੇ ਬਾਕੀ ਪ੍ਰਾਈਵੇਟ ਲੋਕਾਂ ਕੋਲ ਹੋਵੇ ਉਸ ਨੂੰ ਅਸੀਂ ਪਬਲਿਕ ਸੈਕਟਰ ਬੋਲ ਦਿੰਦੇ ਆ ਜਿਵੇਂ ਸਟੇਟ ਬੈਂਕ ਆਫ ਇੰਡੀਆ ਦੀ ਐਗਜ਼ਾਮਪਲ ਲੈ ਲਵੋ ਕੇਨਰਾ ਬੈਂਕ ਦੀ ਐਗਜ਼ਾਮਪਲ ਲੈ ਲਵੋ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਸਾਡੇ ਕੋਲ ਦੋਸਤੋ ਜੋ ਹੈ ਇੱਥੋਂ ਅਸੀਂ ਜੋ ਹੈ ਦੇਖ ਸਕਦੇ ਹਾਂ ਜੀ ਫਿਰ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਪਰ ਅਗਲਾ ਪ੍ਰਸ਼ਨ ਕੀ ਕਹਿ ਰਿਹਾ ਹੈ ਸਰਕਾਰ ਦੁਆਰਾ ਲਗਾਈ ਗਈ ਵਾਧੂ ਲਾਗਤ ਕੀ ਹੈ ਜੋ ਕਿਸੇ ਵੀ ਗਾਕ ਲੈਕ ਕੀਮਤ ਵਿੱਚ ਵਾਧਾ ਕਰਦੀ ਹੈ ਦੋਸਤੋ ਸਰਕਾਰ ਦੁਆਰਾ ਜੋ ਵੀ ਐਕਸਟਰਾ ਕੋਸਟ ਇੰਪੋਜ਼ ਕੀਤੀ ਜਾਂਦੀ ਹੈ ਕਿਸੇ ਵੀ ਪ੍ਰੋਡਕਟ ਦੇ ਉੱਪਰ ਦੋਸਤੋ ਜਿਸ ਕਰਕੇ ਕਸਟਮਰ ਲਈ ਉਸ ਪ੍ਰੋਡਕਟ ਦਾ ਪ੍ਰਾਈਸ ਵੱਧ ਜਾਂਦਾ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ ਸਬਸਿਡੀ ਟੈਕਸ ਇਨਫਲੇਸ਼ਨ ਜਾਂ ਫਾਈਨ ਹੁਣ ਦੇਖੋ ਦੋਸਤੋ ਸਰਕਾਰ ਦੁਆਰਾ ਕੀ ਲਾਇਆ ਜਾਂਦਾ ਹੈ ਨਾ ਤੁਸੀਂ ਥੋੜਾ ਸੋਚੋ ਦੇਖੋ ਇੱਕ ਮਾਰਕ ਫੈਕਟਰ ਕੋਸਟ ਦੀ ਅਸੀਂ ਗੱਲ ਕੀਤੀ ਸੀ ਜਿਵੇਂ ਮੰਨ ਲਵੋ ਦੋਸਤੋ ਫੈਕਟਰ ਕੋਸਟ ਦੇ ਵਿੱਚ ਜੋ ਵੀ ਬਿਜ਼ਨਸਮੈਨ ਹੈ ਉਸ ਦੀ ਜੋ ਵੀ ਲਾਗਤ ਹੋएगी ਮੰਨ ਲਵੋ ਲਾਗਤ ਦੇ ਵਿੱਚ ਉਹ ਜੋ ਜ਼ਮੀਨ ਦੇ ਉੱਪਰ ਬਣਾ ਰਿਹਾ ਉਸ ਦਾ ਕੋਈ ਕਿਰਾਇਆ ਹੋ ਸਕਦਾ ਹੈ ਜਾਂ ਉਸ ਦੇ ਉੱਪਰ ਉਸ ਨੇ ਲੋਨ ਲਿਆ ਹੋਵੇ ਉਸ ਦਾ ਇੰਟਰਸਟ ਰੇਟ ਹੋ ਸਕਦਾ ਹੈ ਦੋਸਤੋ ਲੇਬਰ ਦਾ ਰੇਟ ਹੋ ਸਕਦਾ ਹੈ ਬਿਜਲੀ ਦਾ ਰੇਟ ਹੋ ਸਕਦਾ ਹੈ ਬਿਜਲੀ ਇਸ ਤੋਂ ਇਲਾਵਾ ਦੋਸਤੋ ਜੋ ਹੈ ਹੋਰ ਅਦਰ ਟਰਾਂਸਪੋਰਟੇਸ਼ਨ ਦਾ ਜੋ ਖਰਚਾ ਹੋ ਸਕਦਾ ਹੈ ਹੁਣ ਇਹ ਸਰਕਾਰ ਨੇ ਤਾਂ ਨਹੀਂ ਲਗਾਏ ਇਹ ਤਾਂ ਉਸ ਦੀ ਮਾਰਕੀਟ ਕੋਸਟ ਮਾਫ ਕਰਨਾ ਫੈਕਟਰ ਕੋਸਟ ਹੈ ਹੁਣ ਦੋਸਤੋ ਉਹ ਮਾਰਕੀਟ ਦੇ ਵਿੱਚ ਆ ਰਹੀ ਹੈ ਪ੍ਰੋਡਕਟ ਹੁਣ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਹੈ ਦੋਸਤੋ ਕਈ ਥਾਵਾਂ ਤੇ ਅਲੱਗ-ਅਲੱਗ ਥਾਵਾਂ ਤੇ ਉਸ ਨੂੰ ਕਈ ਸਾਰੇ ਟੈਕਸ ਦੇਣੇ ਪੈਣਗੇ ਜਿਸ ਕਰਕੇ ਡੈਫੀਨੇਟਲੀ ਉਸ ਦਾ ਜੋ ਪ੍ਰਾਈਸ ਹੈ ਉਹ ਵਧਣ ਵਾਲਾ ਹੈ ਤਾਂ ਸਬਸਿਡੀ ਕਰਕੇ ਦਾ ਪ੍ਰਾਈਸ ਵਧੇਗਾ ਦੋਸਤੋ ਮਹਿੰਗਾਈ ਤਾ ਜੋ ਹੈ ਸਰਕਾਰ ਨਹੀਂ ਇਹ ਤਾਂ ਮਾਰਕੀਟ ਤੈਅ ਕਰਦੀ ਹੈ ਡਿਮਾਂਡ ਅਤੇ ਸਪਲਾਈ ਜੋ ਹੈ ਤੈਅ ਕਰਦੇ ਨੇ ਅਤੇ ਜੋ ਹੈ ਦੋਸਤੋ ਫਾਈਨ ਫਾਈਨ ਹੈ ਕਿ ਜੇ ਕੋਈ ਇਲੀਗਲ ਕੰਮ ਕੀਤਾ ਹੋਏਗਾ ਲਗਾਏਗਾ ਜ਼ਰੂਰ ਸਰਕਾਰ ਲੇਕਿਨ ਦੋਸਤੋ ਜੀ ਇਲੀਗਲ ਆਮ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚੋਂ ਅਸੀਂ ਵੇਖਦੇ ਹਾਂ ਕਿ ਜੋ ਹੈ ਆਨਸਰ B ਹੈ ਟੈਕਸ ਦੁਆਰਾ ਦੋਸਤੋ ਜੋ ਹੈ ਇਹ ਉਸ ਦਾ ਜੋ ਪ੍ਰਾਈਸ ਹੈ ਉਹ ਜੋ ਬਰਡਨ ਹੈ ਪ੍ਰਾਈਸ ਦਾ ਉਹ ਜੋ ਹੈ ਇਨਕਰੀਜ਼ ਹੋਵੇਗਾ ਕਿਸ ਦੇ ਉੱਪਰ ਕਸਟ ਮਰਦੇ ਉੱਪਰ ਅਤੇ ਕਿਤੇ ਜ਼ਿਆਦਾ ਟੈਕਸ ਲੱਗਦਾ ਹੈ ਅੱਜ ਤੁਹਾਨੂੰ ਪਤਾ ਹੈ ਕਿ ਜੋ ਅਸੀਂ GST ਦੀ ਗੱਲ ਕਰਦੇ ਆ ਤਾਂ ਦੋਸਤੋ GST ਜੋ ਹੈ ਕਿਸੇ ਪ੍ਰੋਡਕਟ ਦੇ ਉੱਪਰ 5% ਲੱਗਦਾ ਹੈ ਜੇ ਜੋ ਹੈ ਕਿਸੇ ਪ੍ਰੋਡਕਟ ਦੇ ਉੱਪਰ 12% ਲੱਗਦਾ ਹੈ ਕਿਸੇ ਪ੍ਰੋਡਕਟ ਦੇ ਉੱਪਰ 18% ਲੱਗਦਾ ਹੈ ਕਿਸੇ ਦੇ ਉੱਪਰ 28% ਲੱਗਦਾ ਹੈ ਕੁਝ ਅਨ ਬ੍ਰਾਂਡਡ ਚੀਜ਼ਾਂ ਦੇ ਉੱਪਰ 0% ਵੀ ਹੈ ਜਿਵੇਂ ਜੇ ਤੁਸੀਂ ਪੰਜਾਬ ਸਕਸੈਸ ਟਰੀ ਦਾ ਦੋਸਤੋ ਜੋ ਜੋ ਆਨਲਾਈਨ ਜੇ ਤੁਸੀਂ ਖਰੀਦਦੇ ਹੋ ਜੋ ਕੋਈ ਵੀ ਜੋ ਸਾਡਾ ਜੋ ਦੋਸਤੋ ਬੈਚ ਹੈ ਠੀਕ ਹੈ ਹਾਲਾਂਕਿ ਅਸੀਂ ਸਟੂਡੈਂਟਸ ਤੋਂ ਤਾਂ ਨਹੀਂ ਲੈਂਦੇ ਲੇਕਿਨ ਜੋ ਵੀ ਉਸ ਦੀ ਕੋਸਟ ਹੁੰਦੀ ਹੈ ਦੋਸਤੋ ਉਸ ਦੇ ਉੱਪਰ ਜੋ ਹੈ 18% ਸਾਨੂੰ ਜੀਐਸਟੀ ਹੈ ਗਵਰਨਮੈਂਟ ਨੂੰ ਦੇਣਾ ਪੈਂਦਾ ਹੈ ਕਿਉਂਕਿ ਐਜੂਕੇਸ਼ਨ ਦੇ ਉੱਪਰ ਆਨਲਾਈਨ ਐਜੂਕੇਸ਼ਨ ਦੇ ਉੱਪਰ 18% ਜੋ ਜੀਐਸਟੀ ਹੈ ਦੋਸਤੋ ਉਹ ਐਪਲੀਕੇਬਲ ਹੈ ਜੀ ਫਿਰ ਚੱਲਦੇ ਹਾਂ ਜੀ ਸਾਡੇ ਅਗਲੇ ਪ੍ਰਸ਼ਨ ਦੇ ਉੱਪਰ ਅਗਲਾ ਪ੍ਰਸ਼ਨ ਕੀ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਦੱਸੋ ਇਹਨਾਂ ਵਿੱਚੋਂ ਦੋਸਤੋ ਵਿਚ ਅਮੰਗ ਦਾ ਫਾਲੋਇੰਗ ਇਜ਼ ਨੋਟ ਅ ਪਾਰਟ ਆਫ ਫੈਕਟਰ ਆਫ ਪ੍ਰੋਡਕਸ਼ਨ ਇਹਨਾਂ ਵਿੱਚੋਂ ਕਿਹੜੇ ਉਤਪਾਦਨ ਦੇ ਕਾਰਕਾਂ ਦਾ ਹਿੱਸਾ ਨਹੀਂ ਹੈ लैंड लेबर कैपिटल या वेजस दोस्तों प्रोडक्शन की असं गल कर रहे हैं, जो तो कोई भी चीज़ जो है प्रोड्यूस हूँ है कि लैंड उसका जो है प्रोडक्ट का हिस्सा नहीं है प्रोडक्शन का लेबर की उसका हिस्सा नहीं है कैपिटल की उसका हिस्सा नहीं है या फिर जो वेजस जो दहाड़ी दिखती है कि उसका हिस्सा नहीं है तो दोस्तों जो है इसका जो सही उत्तर अभी वेखिए तो सही उत्तर डी है जी तो दोस्तों अल करिए जो है लेबर जो सी जो है इस्तेमाल कर लिया है शब्द लेबर तो दोस्तों जो नो असी इसका हिस्सा नहीं मनोंगे बाकी सारे दे सारे जो है उसका हिस्सा ने जी फिर अगला प्रश्न जो है अगला प्रश्न वेखते हैं जी कि हवावान हवावानी गल हो गई ठीक है तो दोस्तों हवाव नहीं क्योंकि पंजाबी का अनुवाद गलत है इतने तो अच्छी सही देखा डिप्रैशन फॉर्मड ड्यू टू डिफलेटिंग एक्शन ऑफ विंट्स आर कॉल्ड मैंने लगता है कि यह जो है दोस्तों थोड़ा सा है वह ਅਸੀਂ ਜੀਓਗ੍ਰਾਫੀ ਦੀ ਤਰਫ ਚਲੇ ਗਏ ਦਾ ਉਸ ਤਰ੍ਹਾਂ ਵੀ ਯਾਰਡਾਂ ਉਸ ਨੂੰ ਸੀ ਬੋਲਦੇ ਆ ਅਤੇ ਦੋਸਤੋ ਇਹ ਇਹ ਵੀ ਵੈਸੇ ਇਕਨੋਮੀ ਦਾ ਹੀ ਕਨਸੈਪਟ ਹੈ ਮਾਫ ਕਰਨਾ ਦੋਸਤੋ ਜੋ ਹੈ ਉੱਥੇ ਹੀ ਇਹ ਸ਼ਬਦ ਡਿਪਰੈਸ਼ਨ ਡਿਪਰੈਸ਼ਨ ਹੁੰਦਾ ਜਦੋਂ ਜਦੋਂ ਭਾਰੀ ਨੁਕਸਾਨ ਪਾਰੀ ਜੋ ਹੈ ਦੋਸਤੋ ਜੋ ਹੈ ਰੈਸੈਸ਼ਨ ਆ ਜਾਵੇ ਉਸ ਨੂੰ ਸੀ ਡਿਪਰੈਸ਼ਨ ਬੋਲਦੇ ਨੇ ਜਿਵੇਂ 1929 ਦੇ ਵਿੱਚ ਜੋ ਹੈ ਅਮਰੀਕਾ ਦੇ ਵਿੱਚ ਆਇਆ ਸੀ ਰੈਸੈਸ਼ਨ ਜਿਹਨੂੰ ਅਸੀਂ ਦਾ ਗ੍ਰੇਟ ਡਿਪਰੈਸ਼ਨ ਜੋ ਹੈ ਬੋਲਦੇ ਹਾਂ ਅਤੇ ਦੋਸਤੋ ਕਿਉਂਕਿ ਅਸੀਂ ਦੇਖਦੇ ਹਾਂ ਕਿ ਇਹ ਜੋ ਡਿਪਰੈਸ਼ਨ ਹੈ ਜਿਵੇਂ ਅਸੀਂ ਕਹਿੰਦੇ ਹਾਂ ਕਿ ਦੋਸਤੋ ਜਦੋਂ ਹਵਾਵਾਂ ਚੱਲਦੀਆਂ ਨੇ ਜਿਵੇਂ ਸਾਰੀ ਦੀ ਸਾਰੀ ਮਿੱਟੀ ਉੱਡ ਜਾਂਦੀ ਹੈ ਠੀਕ ਹੈ ਤਾਂ ਉਸੇ ਤਰੀਕੇ ਲਈ ਜੋ ਹੈ ਅਸੀਂ ਇਹ ਜੋ ਸ਼ਬਦ ਇਸਤੇਮਾਲ ਕਰਦੇ ਹਾਂ ਉਸ ਲਈ ਅਸੀਂ ਯਾਰ ਡੰਗ ਜੋ ਹੈ ਦੋਸਤੋ ਉਸ ਲਈ ਵਰਡ ਹੈ ਉਸੇ ਯੂਜ਼ ਕਰਦੇ ਹਾਂ ਜੀ ਫਿਰ ਅਗਲਾ ਜੋ ਪ੍ਰਸ਼ਨ ਹੈ ਉਹ ਹੈ ਮੋਨਟਰੀ ਪਾਲਿਸੀ ਜੋ ਹੈ ਇੰਡੀਆ ਦੇ ਵਿੱਚ ਜੋ ਹੈ ਫਾਰਮੂਲੇਟ ਕੌਣ ਕਰਦਾ ਹੈ ਸੈਂਟਰਲ ਗਵਰਨਮੈਂਟ ਕਰਦੀ ਹੈ ਭਾਈ ਸਭ ਤੋਂ ਪਹਿਲਾਂ ਅਸੀਂ অপਸ਼ਨਸ ਦੇਖ ਲਈਏ ਇੰਡਸਟਰੀਅਲ ਫਾਈਨੈਂਸ਼ੀਅਲ ਕਾਰਪੋਰੇਸ਼ਨ ਆਫ ਇੰਡੀਆ ਕਰਦੀ ਹੈ ਆਰਬੀਆਈ ਕਰਦਾ ਹੈ ਯਰ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਕਰਦਾ ਹੈ ਕੌਣ ਕਰਦਾ ਹੈ ਦੋਸਤੋ ਮੋਨਟਰੀ ਪਾਲਿਸੀ ਜਿਸ ਦਾ ਮੁੱਖ ਤੌਰ ਤੇ ਜੋ ਪਰਪਸ ਹੈ ਪਰਪਸ ਇਹੀ ਹੁੰਦਾ ਹੈ ਕਿ ਅਸੀਂ ਵੇਖਦੇ ਹਾਂ ਕਿ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ ਅਤੇ ਦੋਸਤੋ ਜੋ ਮਹਿੰਗਾਈ ਨੂੰ ਕੰਟਰੋਲ ਕਰਦੇ ਹੋਏ ਡਿਵੈਲਪਮੈਂਟ ਜੋ ਹੈ ਜਾਰੀ ਰਹੇ ਇਸ ਪਰਪਸ ਤੋਂ ਜੋ ਹੈ ਸਾਡੀ ਜੋ ਮੋਨਟਰੀ ਪਾਲਿਸੀ ਕੀਤੀ ਜਾਂਦੀ ਹੈ ਦੋਸਤੋ ਜੋ ਮੋਨਟਰੀ ਪਾਲਿਸੀਜ਼ ਹੁੰਦੀਆਂ ਨੇ ਇਹ ਜੋ ਹੈ ਹਰ ਸਾਲ ਦੇ ਵਿੱਚ ਜੋ ਹੈ ਬਾਇ ਮੰਥਲੀ ਹਰ ਦੋ ਮਹੀਨੇ ਬਾਅਦ ਜੋ ਹੈ ਇਸ ਨੂੰ ਡਿਸਾਈਡ ਕੀਤਾ ਜਾਂਦਾ ਹੈ ਅਤੇ ਦੋਸਤੋ ਇਸ ਨੂੰ ਇੱਕ ਕਮੇਟੀ ਡਿਸਾਈਡ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਆਨਸਰ ਦੇਖ ਲਈ ਆਨਸਰ ਸੀ ਹੈ ਦੋਸਤੋ ਰਿਜ਼ਰਵ ਬੈਂਕ ਆਫ ਇੰਡੀਆ ਅ ਲੇਕਿਨ ਮੈਂ ਇਹਦੇ ਨਾਲ ਨਾਲ ਇਹ ਵੀ ਲਿਖ ਸਕਦਾ ਐ ਐਂਡ ਗਵਰਨਮੈਂਟ ਆਫ ਇੰਡੀਆ ਠੀਕ ਹੈ ਇਹ ਇਸ ਦਾ ਸਹੀ ਉੱਤਰ ਹੋਵੇਗਾ ਠੀਕ ਹੈ ਮਤਲਬ ਮੈਂ ए ਅਤੇ ਸੀ ਨੂੰ ਠੀਕ ਹੈ ਸੀ ਐਂਡ ए ਦੋਨਾਂ ਨੂੰ ਇਹਦਾ ਉੱਤਰ ਮੰਨ ਸਕਦਾ ਹਾਂ ਕਿਉਂਕਿ ਦੋਸਤੋ ਇਹ ਜੋ ਬਾਇਮੰਥਲੀ ਮੌਨਟਰੀ ਪਾਲਿਸੀ ਹੈ ਇਸ ਨੂੰ ਡਿਸਾਈਡ ਕਰਦੀ ਇੱਕ ਕਮੇਟੀ ਮੌਨਟਰੀ ਪਾਲਿਸੀ ਕਮੇਟੀ ਜਿਹਦੇ ਵਿੱਚ ਉਹ ਤਿੰਨ ਮੈਂਬਰ ਆਰਬੀਆਈ ਦੇ ਹੁੰਦੇ ਨੇ ਅਤੇ ਤਿੰਨ ਮੈਂਬਰ ਜੋ ਹੈ ਉਹ ਗਵਰਨਮੈਂਟ ਦੇ ਹੁੰਦੇ ਨੇ ਹਾਲਾਂਕਿ ਇਸ ਨੂੰ ਲੀਡ ਜੋ ਹੈ ਇਸ ਨੂੰ ਜੋ ਡਿਸਾਈਡ ਜੋ ਹੈ ਉਹ ਜੋ ਹੈ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਹੀ ਕਰਦਾ ਹੈ ਜਿਵੇਂ ਅੱਜ ਕੱਲ ਆਰਬੀਆਈ ਦੇ ਜੋ ਸਾਡੇ ਗਵਰਨਰ ਨੇ ਉਹਨਾਂ ਦਾ ਨਾਮ ਹੈ ਸ਼ਕਤੀਕਾਂਤ ਦਾਸ ਜੋ ਹੈ ਇਹਨਾਂ ਦਾ ਗਵਰਨਰ ਦਾ ਨਾਮ ਹੈ ਜੀ ਦੋਸਤੋ ਜਿਵੇਂ ਭਾਰਤ ਦੇ ਪਹਿਲੇ ਜੋ ਆਰਬੀਆਈ ਦੇ ਗਵਰਨਰ ਸਨ ਜੋ ਹੈ ਦੋਸਤੋ ਤੁਸੀਂ ਮੈਨੂੰ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਉਹਨਾਂ ਦਾ ਕੀ ਨਾਮ ਸੀ ਜੇ ਤੁਸੀਂ ਦੱਸਣਾ ਹੀ ਹੈ ਉੱਤਰ ਮੈਨੂੰ ਦੋ ਤਿੰਨ ਪ੍ਰਸ਼ਨ ਪੁੱਛ ਲੈਣਾ ਤੁਹਾਡੇ ਤੋਂ ਪਹਿਲੇ ਆਰਬੀਆਈ ਦੇ ਗਵਰਨਰ ਦਾ ਕੀ ਨਾਮ ਸੀ ਪਹਿਲੇ ਇੰਡੀਅਨ ਪਹਿਲੇ ਭਾਰਤੀ ਇੰਡੀਅਨ ਗਵਰਨਰ ਦਾ ਕੀ ਨਾਮ ਸੀ ਦੋਸਤੋ ਉਹ ਕਿਹੜਾ ਗਵਰਨਰ ਸੀ ਜੋ ਬਾਅਦ ਦੇ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਫਾਈਨਾਂਸ ਮਿਨਿਸਟਰ ਵੀ ਰਿਹਾ ਦੋਸਤੋ ਇਹ ਤਿੰਨ ਪ੍ਰਸ਼ਨ ਤੁਹਾਡੇ ਤੋਂ ਮੈਂ ਪੁੱਛਣਾ ਚਾਹਾਂਗਾ ਅਤੇ ਇਹ ਰਿਜ਼ਰਵ ਬੈਂਕ ਆਫ ਇੰਡੀਆ ਹੀ ਕਰਿਆ ਕਰਦਾ ਸੀ ਵੈਸੇ ਡਿਸਾਈਡ ਮੋਨਟਰੀ ਪੋਲਿਸੀ ਲੇਕਿਨ 2016 ਦੇ ਵਿੱਚ ਦੋਸਤੋ ਜੋ ਉਰਜੀਤ ਪਟੇਲ ਕਮੇਟੀ ਹੈ ਉਰਜੀਤ ਪਟੇਲ ਜੋ ਭਾਰਤ ਦੇ ਬਾਅਦ ਦੇ ਵਿੱਚ ਜੋ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਵੀ ਬਣੇ ਉਰਜੀਤ ਪਟੇਲ ਕਮੇਟੀ ਦੀ ਰეკਮੈਂਡੇਸ਼ਨ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਜਿਦੇ ਵਿੱਚ ਸਰਕਾਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਮਿਲ ਕੇ ਜੋ ਹੈ ਇਸ ਨੂੰ ਡਿਸਾਈਡ ਜੋ ਹੈ ਦੋਸਤੋ ਕਰਦੇ ਨੇ ਅਤੇ ਫਿਰ ਡਿਸਾਈਡ ਕੀਤਾ ਜਾਂਦਾ ਹੈ ਕਿ ਅਸੀਂ ਰੈਪੋ ਰੇਟ ਦਾ ਦੋਸਤੋ ਕੀ ਰੇਟ ਰੱਖਣਾ ਹੈ ਜਿਸ ਨਾਲ ਅਸੀਂ ਬੈਂਕਾਂ ਦੀਆਂ ਦਰਾਂ ਨੂੰ ਘਟਾ ਆ ਵਧਾ ਸਕਦੇ ਹਾਂ ਰੈਪੋ ਰੇਟ ਤੋਂ ਇਲਾਵਾ ਦੋਸਤੋ ਬੈਂਕ ਰੇਟ ਹੁੰਦਾ ਹੈ ਉਸ ਤੋਂ ਇਲਾਵਾ ਜੋ ਹੈ ਐਮ ਐਸ ਐਫ ਹੈ ਜਿਹਨੂੰ ਅਸੀਂ ਦੋਸਤੋ ਜੋ ਹੈ ਮਾਰਜਨਲ ਸਟੈਂਡਿੰਗ ਫੈਸਿਲਿਟੀ ਬੋਲਦੇ ਹਾਂ ਫਿਰ ਸਾਡਾ ਸੀ ਆਰ ਆਰ ਕੈਸ਼ ਰਿਜ਼ਰਵ ਰੇਸ਼ੋ ਫਿਰ ਐਸ ਐਲ ਆਰ ਸਟ੍ਰਕਚਰਲ ਲਿਕুইਡਿਟੀ ਰੇਸ਼ੋ ਦੋਸਤੋ ਰਿਵਰਸ ਰੈਪੋ ਤਾਂ ਇਹ ਸਾਰੀਆਂ ਦਰਾਂ ਨੂੰ ਜੋ ਹੈ ਦੋਸਤੋ ਦੇਖਿਆ ਜਾਂਦਾ ਹੈ ਕਿ ਇਹਨਾਂ ਦੇ ਵਧਾਉਣ ਜਾਂ ਘਟਾਉਣ ਨਾਲ ਮਾਰਕੀਟ ਦੇ ਉੱਪਰ ਜੋ ਹੈ ਇੱਕ ਪੋਜ਼ਿਟਿਵ ਇੰਪੈਕਟ ਪਵੇ ਜਿਸ ਨਾਲ ਮਾਰਕੀਟ ਦੇ ਵਿੱਚ ਡਿਵੈਲਪਮੈਂਟ ਹੁੰਦੀ ਰਹੇ ਮਾਰਕੀਟ ਵਿੱਚ ਵਿਆਜ ਦਰਾਂ ਦਾ ਇਨਕਰੀਜ਼ ਹੋਣ ਅਤੇ ਦੋਸਤੋ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਜਿਵੇਂ ਸਾਡਾ ਤੀਜਾ ਕੁਆਟਰ ਹੁੰਦਾ ਹੈ ਜੋ ਸਾਲ ਦਾ ਅਕਤੂਬਰ ਨਵੰਬਰ ਦਸੰਬਰ ਆਮ ਤੌਰ ਤੇ ਵੇਖਿਆ ਜਾਂਦਾ ਹੈ ਹਾਲਾਂਕਿ ਇੱਕ ਦੋ ਸਾਲ ਦੇ ਵਿੱਚ ਨਹੀਂ ਹੋਇਆ ਵਿਆਜ ਦਰਾਂ ਘਟਾ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਆਮ ਤੌਰ ਤੇ ਉਦੋਂ ਡਿਮਾਂਡ ਬਹੁਤ ਹੁੰਦੀ ਹੈ ਦੋਸਤੋ ਗੁੱਡਸ ਦੀ ਕਰਾਂ ਦੀ ਟਰਾਂਸਪੋਰਟ ਮਤਲ ਦੀ ਗੱਡੀਆਂ ਦੀ ਦੋਸਤੋ ਕਿਉਂਕਿ ਲੋਕ ਖਰਚ ਕਰਦੇ ਨੇ ਫੈਸਟੀਵਲ ਸੀਜ਼ਨ ਹੁੰਦਾ ਵਿਆਹ ਹੁੰਦਾ ਹੈ ਤਾਂ ਉਸ ਦੇ ਮੁਤਾਬਿਕ ਹੀ ਇਹ ਸਭ ਕੁਝ ਜੋ ਹੈ ਹੋ ਡਿਸਾਈਡ ਜੋ ਹੈ ਉਹ ਦੋਸਤੋ ਕੀਤਾ ਜਾਂਦਾ ਹੈ ਜੀ ਸਤਾਜੀ ਦੋ ਉਸ ਤੋਂ ਬਾਅਦ ਦੋਸਤੋ ਅਗਲਾ ਪ੍ਰਸ਼ਨ ਅੱਜ ਦਾ ਆਖੀਰਲਾ ਪ੍ਰਸ਼ਨ ਹੈ ਪ੍ਰਾਈਸ ਥਿਉਰੀ ਨੂੰ ਕੀ ਕਿਹਾ ਜਾਂਦਾ ਹੈ ਜੀ ਮੈਕਰੋ ਇਕਨੋਮਿਕਸ ਡਿਵੈਲਪਮੈਂਟ ਇਕਨੋਮਿਕਸ ਪਬਲਿਕ ਇਕਨੋਮਿਕਸ ਹੈ ਮਾਈਕਰੋ ਇਕਨੋਮਿਕਸ ਤਾਂ ਦੋਸਤੋ ਇਹ ਜੋ ਕੀਮਤ ਸਿਧਾਂਤ ਹੈ ਠੀਕ ਹੈ ਇਸ ਨੂੰ ਜੋ ਅਸੀਂ ਮਾਈਕਰੋ ਇਕਨੋਮਿਕਸ ਜੋ ਹੈ ਦੋਸਤੋ ਉਹ ਜੋ ਹੈ ਬੋਲਦੇ ਹਾਂ ਜੀ ਮਤਲਬ ਜੋ ਹੈ ਮਾਈਕਰੋ ਇਕਨੋਮਿਕਸ ਨਾਲ ਜੋ ਹੈ ਇਹ ਪ੍ਰਾਈਸ ਥਿਉਰੀ ਜੋ ਹੈ ਦੋਸਤੋ ਉਹ ਜੁੜੀ ਹੋਈ ਹੈ ਤਾਂ ਦੋਸਤੋ ਇਹ ਸਨ ਅੱਜ ਦੇ ਪ੍ਰਸ਼ਨ ਜੀ ਠੀਕ ਹੈ ਅਤੇ ਦੋਸਤੋ ਜੋ ਹੈ ਇਹ ਅਕੀਲਾ ਪ੍ਰਸ਼ੰਸੀਤ ਤਾਂ ਇਸੇ ਨਾਲ ਜੋ ਹੈ ਅੱਜ ਦਾ ਜੋ ਸੈਸ਼ਨ ਹੈ ਸਾਡਾ ਸਮਾਪਤ ਹੁੰਦਾ ਹੈ ਮੇਰਾ ਨਾਮ ਯੋਗੇਸ਼ ਹੈ ਅਤੇ ਦੋਸਤੋ ਮੈਂ ਹਰ ਹਫਤੇ ਤੁਹਾਡੇ ਲਈ ਸਟੈਟਿਕ ਜੀਕੇ ਅਤੇ ਇਕਨੋਮਿਕਸ ਦੇ ਬਹੁਤ ਸਾਰੇ ਐਮਸੀਕਿਊ ਸੈਸ਼ਨ ਲੈ ਕੇ ਆਉਣਾ ਜੇ ਤੁਹਾਨੂੰ ਮੇਰੇ ਸੈਸ਼ਨ ਚੰਗੇ ਲੱਗਦੇ ਨੇ ਅਤੇ ਤੁਸੀਂ ਚਾਹੁੰਦੇ ਹੋ ਕਿ ਇਹ ਸੈਸ਼ਨ ਜ਼ਿਆਦਾ ਤੋਂ ਜ਼ਿਆਦਾ ਹੋਣ ਤਾਂ ਜ਼ਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖੋ ਅਤੇ ਨਾਲ ਹੀ ਨਾਲ ਜੇ ਸੈਸ਼ਨ ਚੰਗਾ ਲੱਗੇ ਤਾਂ ਆਪਣੇ ਵੈਲਿਊਏਬਲ ਕਮੈਂਟ ਅਤੇ ਇਸ ਨੂੰ ਸ਼ੇਅਰ ਲਾਈਕ ਵੀ ਜ਼ਰੂਰ ਕਰ ਦੇਵੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ